ਜਸਤੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਦਿੱਲੀ ਦੇਸ਼ ਦੀ ਰਾਜਧਾਨੀ ਆ ਅਤੇ ਉੱਥੇ ਹਿੰਸਾ ਹੋਈ ਆ। ਇਸ ਹਿੰਸਾ ਤੋਂ ਪਹਿਲਾਂ ਇਸ ਨੂੰ ਹਮਲਾ ਮੰਨਿਆ ਜਾ ਰਿਹਾ ਸੀਗਾ, ਪਰ ਇਸ ਸਭ ਦੇ ਵਿਚਾਲੇ ਪੁਲਿਸ ਵਾਲੇ ਵੀ ਜ਼ਖਮੀ ਹੋਏ ਆ, ਵਿਦਿਆਰਥੀ ਆ ਬਹੁਤ ਵੱਡੇ ਪੱਧਰ 'ਤੇ ਜ਼ਖਮੀ ਹੋਏ ਆ। ਇਹ ਸਭ ਦੇ ਵਿਚਾਲੇ ਸਵਾਲ ਇਹ ਉੱਠ ਖੜਾ ਹੋਇਆ ਕਿ ਜਿਹੜਾ ਨਾਗਰਿਕਤਾ ਕਾਨੂੰਨ ਹੈਗਾ, ਉਸ ਦੇ ਖਿਲਾਫ ਇਹ ਰੋਸ ਜਿਤਾਇਆ ਜਾ ਰਿਹਾ ਸੀ ਜਾਂ ਇਸ ਤੋਂ ਇਲਾਵਾ ਉਸ ਦੇ ਪਿੱਛੇ ਕੁਝ ਹੋਰ ਮਨਸ਼ਾ ਵੀ ਹੈਗੀ ਹੈ। ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ, ਤਕਰੀਬਨ 2 ਮਹੀਨੇ ਬਾਕੀ ਹੈਗੇ ਆ ਅਤੇ 2 ਮਹੀਨੇ ਬਾਕੀ ਆ ਅਤੇ ਉਸ ਤੋਂ ਪਹਿਲਾਂ ਸਿਆਸਤ ਇਹ ਚਾਹੁੰਦੀ ਹੈ ਕਿ ਇਹੋ ਜਿਹਾ ਕੁਛ ਇੱਥੇ ਹੋਵੇ ਤਾਂ ਜੋ ਵੋਟ ਬੈਂਕ ਦੀ ਪੋਲਿਟਿਕਸ ਆ ਉਸ ਨੂੰ ਚਮਕਾਇਆ ਜਾ ਸਕੇ। ਪਰ ਇਹ ਸਿਆਸਤ ਕਿਹੜੀ ਚਾਹੁੰਦੀ ਹੈਗੀ ਆ, ਸਵਾਲ ਇਹ ਵੀ ਹੈਗਾ ਅਤੇ ਇਹ ਸਵਾਲ ਦੇ ਵਿਚਾਲੇ ਇਹ ਸਵਾਲ ਵੀ ਪੁੱਛੇ ਜਾਣੇ ਲਾਜ਼ਮੀ ਹੈਗੇ ਕਿ ਵਿਦਿਆਰਥੀਆਂ ਜ਼ਰੀਏ ਰਾਜਨੀਤੀ ਆ ਜਿਹੜੀ ਉਹ ਦਿੱਲੀ ਤੋਂ ਕੀ ਭਾਲਦੀ ਹੈਗੀ ਅਤੇ ਦੇਸ਼ ਭਰ ਵਿੱਚ ਕੀ ਭਾਲਦੀ ਹੈਗੀ ਹੈ। ਜੇ ਹਿੰਸਾ 'ਤੇ ਹਮਲੇ ਹੋ ਰਹੇ ਆ ਅਤੇ ਉਸ ਨੂੰ ਹਵਾ ਕੌਣ ਦੇ ਰਿਹਾ ਹੈਗਾ, ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ। ਪਰ ਸਵਾਲ ਮਹੱਤਵਪੂਰਨ ਇਹ ਹੈਗਾ ਕਿ ਕੈਂਪਸ ਦੇ ਵਿੱਚ ਜਾ ਕੇ ਪੁਲਿਸ 'ਚ ਕੁੱਟਮਾਰ ਕਰਤੀ ਹੈਗੀ ਹੈ, ਫਿਰ ਪੁਲਿਸ 'ਤੇ ਹਮਲਾ ਕਰਨ ਵਾਲੇ ਕੌਣ ਲੋਕ ਹੈਗੇ ਆ, ਕੀ ਉਹ ਵਿਦਿਆਰਥੀ ਹੀ ਆ ਜਿਨ੍ਹਾਂ ਨੇ ਹਮਲਾ ਕੀਤਾ ਹੈਗਾ, ਕਿ ਪੁਲਿਸ ਨੇ ਪਹਿਲਾਂ ਉਹਨਾਂ 'ਤੇ ਅਟੈਕ ਕੀਤਾ ਜਾਂ ਵਿਦਿਆਰਥੀਆਂ ਨੇ ਪਹਿਲਾਂ ਕੀਤਾ। ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈਗੇ ਆ। ਪਰ ਅਸੀਂ ਇਸ ਮੰਚ ਤੋਂ ਅਪੀਲ ਕਰਦੇ ਹਾਂ ਕਿ ਅਫਵਾਹਾਂ ਤੋਂ ਬਚਿਆ ਜਾਣਾ ਚਾਹੀਦਾ ਹੈਗਾ। ਜਿਹੜੀ ਵਟਸਐਪ ਯੂਨੀਵਰਸਿਟੀ ਹੈਗੀ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਪਈਆਂ ਹੈਗੀਆਂ, ਉਸ ਤੋਂ ਬਚਣਾ ਚਾਹੀਦਾ। ਸ਼ਾਂਤੀ ਬਣਾਏ ਰੱਖਣ ਦੀ ਜ਼ਰੂਰਤ ਹੈਗੀ ਹੈ, ਕੋਈ ਦੇਸ਼ ਨੂੰ ਸ਼ਾਂਤੀ ਜ਼ਰੂਰਤ ਹੈਗੀ ਆ। ਜੇ ਦੇਸ਼ ਵਿੱਚ ਸ਼ਾਂਤੀ ਹੋਵੇਗੀ ਤਾਂ ਹੀ ਅਸਲ ਮੁੱਦਿਆਂ 'ਤੇ ਗੱਲ ਹੋਵੇਗੀ। ਅਸੀਂ ਸਵਾਲ ਕਿਉਂ ਪੁੱਛਾਂਗੇ, ਜਾਮੀਆ ਹਿੰਸਾ ਪਿੱਛੇ ਟਾਰਗੇਟ ਕੀ? ਬਹਿਸ ਕਿਉਂ ਕਰ ਰਹੇ ਹਾਂ, ਟੂ ਦਾ ਪੁਆਇੰਟ ਹੋਏ, ਤੁਹਾਨੂੰ ਪੁਆਇੰਟ ਟੂ ਪੁਆਇੰਟ ਦੱਸ ਦਈਏ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਹਿੰਸਾ ਅਤੇ ਸਿਆਸੀ ਘਮਸਾਨ ਮੱਚ ਗਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ ਨੇ ਰੋਸ ਜਿਤਾਇਆ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀਆਂ ਕੀਤੀਆਂ, ਕਿਹਾ ਹਿੰਸਾ ਰੋਕੋ, ਫਿਰ ਕਰਾਂਗੇ ਸੁਣਵਾਈ। ਸਿਆਸੀ ਵਿਰੋਧੀਆਂ ਨੇ ਇਲਜ਼ਾਮ ਤਰਾਸ਼ੀਆਂ ਕੀਤੀਆਂ, ਕਰਨੀਆਂ ਬਣਦੀਆਂ ਸੀ। ਜੁਡੀਸ਼ੀਅਲ ਜਾਂਚ ਦੀ ਮੰਗ ਵੀ ਕੀਤੀ ਹੈ ਕਿ ਯੂਨੀਵਰਸਿਟੀ ਦੀ VC ਅਤੇ ਦਿੱਲੀ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਸਫਾਈ ਦਿੱਤੀ ਹੈ। ਦੇਸ਼ ਦੇ ਹਰ ਹਿੱਸੇ ਵਿੱਚੋਂ ਅਪੀਲ ਕੀਤੀ ਜਾ ਰਹੀ ਹੈ, ਅਫਵਾਹਾਂ ਤੋਂ ਬਚੋ, ਸ਼ਾਂਤੀ ਬਣਾਈ ਰੱਖੋ। ਇਹ ਅਪੀਲ ਇਹ ਮੰਚ ਵੀ ਕਰ ਰਿਹਾ। ਇਸ ਸਭ ਦੇ ਵਿਚਾਲੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਪ੍ਰੋਟੈਸਟ ਹੋਇਆ, ਪੰਜਾਬ ਯੂਨੀਵਰਸਿਟੀ ਪ੍ਰੋਟੈਸਟ ਹੋਇਆ, ਲਖਨਊ ਦੇ ਕਾਲਜ ਵਿੱਚ ਵੀ ਪ੍ਰੋਟੈਸਟ ਹੋਇਆ, ਇਸ ਤੋਂ ਇਲਾਵਾ ਵੈਸਟ ਬੰਗਾਲ, ਤ੍ਰਿਪੁਰਾ, ਹੋਰ ਕਈ ਥਾਵਾਂ 'ਤੇ ਪ੍ਰੋਟੈਸਟ ਹੋਏ ਆ ਅਤੇ UP ਦੇ ਵਿੱਚ ਧਾਰਾ 144 ਵੀ ਲਾਗੂ ਕੀਤੀ ਗਈ। ਪਰ ਇਹ ਸਭ ਦੇ ਵਿਚਾਲੇ ਦਿੱਲੀ ਪੁਲਿਸ ਕੀ ਕਹਿ ਰਹੀ ਹੈ ਅਤੇ ਯੂਨੀਵਰਸਿਟੀ ਦੇ VC ਕੀ ਕਹਿ ਰਹੇ ਆ, ਉਹ ਪਹਿਲਾਂ ਸੁਣ ਲਓ। ਹਮਾਰਾ ਕਿਸੀ ਰਾਜਨੀਤਿਕ ਦਲ ਸੇ ਕੋਈ ਲੇਨਾ ਦੇਣਾ ਨਹੀਂ ਹੈ, ਹਮਨੇ ਕਿਸੀ ਕੋ ਨਹੀਂ ਬੁਲਾਇਆ ਔਰ ਨਾ ਹੀ ਆਨੇ ਦਿਆ, ਨਾ ਉਨਸੇ ਬਾਤਚੀਤ ਕੀ ਹੈ। ਹਮ ਸੀਧੇ ਆਪਣੇ ਜੋ ਆਫਿਸਰਸ ਹੈ, ਜੋ ਮਿਨਿਸਟਰੀ ਹੈ, ਉਸਸੇ ਬਾਤ ਕਰ ਰਹੇ ਹੈ, ਔਰ ਯੇ ਹਮਾਰੀ ਉਮੀਦ ਹੈ, ਹਮਾਰਾ ਐਕਸਪੈਕਟੇਸ਼ਨ ਹੈ, ਔਰ ਕਿ ਹਮ ਉਨਸੇ ਇੱਕ ਇਨਕੁਆਇਰੀ ਕਰਵਾ ਲੇਂਗੇ, ਔਰ ਬੱਚੋਂ ਕਾ ਵੀ ਉਸੀ ਸੇ ਹਮਾਰੇ ਸਾਹਮਣੇ ਆਏਗੀ ਬਾਤ। ਔਰ ਯੇ ਵਾਲੀ ਬਾਤ, ਹਮਾਰਾ ਕੰਸਰਨ ਸਿਰਫ ਇੱਕ ਹੈ, ਹਮਾਰੇ ਸਟੂਡੈਂਟ ਸੇਫ ਰਹੇ, ਔਰ ਕੁਛ ਨਹੀਂ ਹੈ। ਸਿਟੀਜ਼ਨ ਅਮੈਂਡਮੈਂਟ ਬਿੱਲ ਕੇ ਖਿਲਾਫ ਪ੍ਰੋਟੈਸਟ ਥਾ, तो उसमें भी कई तरह के रूमर्स चल रहे हैं। इसमें यही मैं कहना चाहूंगा कि ये जो इंडियन सिटीजन को है, किसी को अफेक्ट नहीं कर रहा, और इसमें भी जो प्रोविजंस हैं वो आप लोगों तक पहुंचाएं, और रूमर्स जो भी आपके पास आते हैं वो आप हमारे साथ बता सकते हैं, शेयर कर सकते हैं, उसी समय हम क्लैरिफिकेशन देंगे। ਵੱਡਾ ਸਵਾਲ ਇੱਕੋ ਹੀ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਵਿਦਿਆਰਥੀਆਂ ਜ਼ਰੀਏ ਰਾਜਨੀਤੀ ਦਿੱਲੀ 'ਚੋਂ ਕਿਹੜਾ ਰਾਹ ਲੱਭ ਰਹੀ ਹੈ। ਇਸ ਸਵਾਲ 'ਤੇ ਬਹਿਸ ਕਰਾਂਗੇ ਪੈਨਲ, ਸਾਡਾ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾ ਰਹੇ ਹਾਂ, ਪ੍ਰਸਮਨ ਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਅਤੇ ਇਸ ਸਟੂਡੈਂਟ ਲੀਡਰਸ਼ਿਪ ਨੂੰ ਇਹ ਚੰਗੀ ਤਰ੍ਹਾਂ ਨੇੜਿਓ ਜਾਣਦੇ ਹੈਗੇ ਆ, ਕਿਉਂਕਿ ਇਹਨਾਂ ਵੀ ਸੰਘਰਸ਼ਾਂ ਵਿੱਚ ਹਿੱਸਾ ਰਹਿੰਦੇ ਰਹੇ। ਪ੍ਰਸਮਨ ਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸੁਖਬੀਰ ਸਿੰਘ ਵਾਲੀਆ, ਆਮ ਆਦਮੀ ਪਾਰਟੀ ਬੁਲਾ ਰਹੇ, ਇਹਨਾਂ ਨੂੰ ਇਸ ਕਰਕੇ ਸੱਦਿਆ ਕਿਉਂਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ, ਅਤੇ ਇਹਨਾਂ 'ਤੇ ਵੀ ਸਵਾਲ ਬੜੇ ਉੱਠਦੇ ਪਏ, ਇਸ ਕਰਕੇ ਸੁਖਬੀਰ ਸਿੰਘ ਵਾਲੀਆ ਨੂੰ ਸੱਦਿਆ, ਵੈਸੇ ਵਕੀਲ ਵੀ ਹੈਗੇ ਆ। ਸੁਖਬੀਰ ਸਿੰਘ ਵਾਲੀਆ, ਤੁਹਾਡਾ ਬਹੁਤ ਸਵਾਗਤ ਹੈ। ਪਰਵਿੰਦਰ ਸਿੰਘ ਕਟੋਰਾ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਨੁਮਾਇੰਦੇ ਨੇ, ਇਹਨਾਂ ਨੇ ਆਉਣਾ ਸੀਗਾ ਪਰ ਐਂਡ ਮੂਮੈਂਟ 'ਤੇ ਆਏ ਨੀਗੇ, ਪਤਾ ਨਹੀਂ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਪਏ ਆ, ਪਤਾ ਨਹੀਂ ਵਾਕਈ ਇਹ ਜਿਹੜੇ ਰੋਸ ਪ੍ਰਦਰਸ਼ਨ ਹੋ ਰਹੇ ਆ, ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਹੋਏ ਆ, ਉਹ ਉਹਨਾਂ ਦੇ ਮਾਮਲੇ ਵਿੱਚ ਸ਼ਿਕਾਇਤ ਕਰਨ ਗਏ ਆ, ਜੋ ਇਹਨਾਂ ਦਾ ਤਰਕ ਸਾਡੇ ਕੋਲ ਪਹੁੰਚਿਆ। ਜੇ ਆ ਜਾਣਗੇ ਤਾਂ ਅਸੀਂ ਇਹਨਾਂ ਦਾ ਸਵਾਗਤ ਵੀ ਕਰ ਦਾਂਗੇ, ਇਹਨਾਂ ਦਾ ਧੰਨਵਾਦ ਫਿਰ ਵੀ, ਕਿਉਂਕਿ ਇਹਨਾਂ ਨੇ ਪਹਿਲਾਂ ਹਾਂ ਕੀਤੀ ਸੀ, ਬਾਅਦ 'ਚ ਆਏ। ਵਿਜੇ ਕੁਮਾਰ ਆਈਸਾ ਦੇ ਨੁਮਾਇੰਦੇ ਨੇ, ਚੰਡੀਗੜ੍ਹ ਤੋਂ ਨੇ, ਅਤੇ ਇਹਨਾਂ ਦਾਅਵਾ ਹੈਗਾ ਕਿ ਆਈਸਾ ਦੇ ਕੁਛ ਨੌਜਵਾਨ ਆ ਜਿਹੜੇ ਉਹ ਇਸ ਹਿੰਸਾ ਦੇ ਵਿੱਚ ਜ਼ਖਮੀ ਹੋਏ ਨੇ। ਉਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਉਹ ਨੁਮਾਇੰਦੇ ਹੈਗੇ ਆਈਸਾ ਨਾਲ ਜੁੜੇ ਹੋਏ, ਅਤੇ ਆਈਸਾ ਦਾ ਇਹਦੇ ਵਿੱਚ ਰੋਲ ਕੀ ਹੈਗਾ। ਵਿਜੇ ਕੁਮਾਰ, ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਸੁਖਬੀਰ ਸਿੰਘ ਵਾਲੀਆ ਤੁਹਾਨੂੰ ਕਰਨਾ ਚਾਹੁੰਗਾ। ਸੁਖਬੀਰ ਸਿੰਘ ਵਾਲੀਆ, ਤੁਸੀਂ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਸਕਦੇ ਹੋ ਕਿ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਅੰਡਰ ਹੈ ਪੁਲਿਸ, ਇਸ ਕਰਕੇ ਅਸੀਂ ਕੁਛ ਨਹੀਂ ਕਰ ਸਕਦੇ, ਅਸੀਂ ਨਹੀਂ ਇੱਥੇ ਆ? ਦੇਖੋ, ਦਿੱਲੀ ਗਵਰਨਮੈਂਟ ਵਾਰ ਵਾਰ ਅਪੀਲ ਕਰ ਰਹੀ ਹੈ, ਮੈਂ ਵੀ ਤੁਹਾਡੇ ਚੈਨਲ ਦੇ ਮਾਧਿਅਮ 'ਤੇ ਸਭ ਨੂੰ ਅਪੀਲ ਕਰਦਾ ਹੈ ਕਿ ਆਪਾਂ ਕੋਈ ਵੀ ਪ੍ਰੋਟੈਸਟ ਕਰਨਾ ਹੈ, ਸ਼ਾਂਤੀ ਪੂਰਨ ਤਰੀਕੇ ਨਾਲ ਪ੍ਰੋਟੈਸਟ ਕਰੀਏ, ਕਿਤੇ ਵੀ ਹਿੰਸਾ ਜਿਹੜੀ ਹੈ ਉਸ ਪ੍ਰੋਟੈਸਟ 'ਚ ਨਹੀਂ ਆਉਣੀ ਚਾਹੀਦੀ। ਸੋ
ਦੂਜੀ ਗੱਲ ਫਿਰ ਰਹੀ, ਗੱਲ ਉਹੀ ਹੈ ਕਿ ਦੇਖੋ ਤੁਸੀਂ ਜਿਹੜੇ ਸਪੋਕਸਪਰਸਨ ਸੀਗੇ ਪੁਲਿਸ ਦੇ, ਉਹਨਾਂ ਦਾ ਬਿਆਨ ਬੜੇ ਧਿਆਨ ਨਾਲ ਤੁਸੀਂ ਸੁਣੋ। ਉਹਨਾਂ ਧਿਆਨ 'ਚ ਕੀ ਕਿਹਾ? ਉਹਨਾਂ ਨੇ ਕਿਹਾ ਕਿ ਸਿਟੀਜ਼ਨ ਅਮੈਂਡਮੈਂਟ ਜਿਹੜਾ ਬਿੱਲ ਹੈਗਾ ਉਸ 'ਚ ਕੋਈ ਐਸੀ ਤਰੁੱਟੀ ਨਹੀਂ ਹੈਗੀ। ਮਤਲਬ ਇੱਥੋਂ ਹੀ ਜ਼ਾਹਿਰ ਹੁੰਦਾ ਕਿ ਉਹ ਦਿੱਲੀ ਪੁਲਿਸ ਦੇ ਨੁਮਾਇੰਦੇ ਘੱਟ ਅਤੇ ਬੀਜੇਪੀ ਦੇ ਸਪੋਕਸਮੈਨ ਬਣ ਕੇ ਜ਼ਿਆਦਾ ਗੱਲ ਕਰ ਰਹੇ ਸੀਗੇ। ਇਟ ਸ਼ੋਜ਼ ਕਿ ਉਹ ਜਿਹੜੇ ਸਿਟੀਜ਼ਨ ਅਮੈਂਡਮੈਂਟ ਬਿੱਲ ਦਾ ਪੂਰੇ ਦੇਸ਼ 'ਚ ਵਿਰੋਧ ਹੋ ਰਿਹਾ, ਉਹਦੀ ਜਿਹੜੀ ਉਹਦਾ ਪੱਖ ਜਿਹੜਾ ਹੈਗਾ ਉਹ ਦਿੱਲੀ ਪੁਲਿਸ ਪੂਰ ਰਹੀ ਹੈ। ਕੀ ਉਹ ਬੀਜੇਪੀ ਦੇ ਨੁਮਾਇੰਦੇ ਸੀਗੇ? ਸੋ ਇਹੀ ਹਾਲਾਤ ਬਣੇ ਹੋਏ ਨੇ। ਜੋ ਬਰਬਰਤਾ ਦਿੱਲੀ ਪੁਲਿਸ ਨੇ ਇੱਕ ਯੂਨੀਵਰਸਿਟੀ 'ਚ ਵਿਦਾਊਟ 20% ਪਰਮਿਸ਼ਨ ਅਤੇ ਵਿਦਾਊਟ ਲੇਡੀ ਪੁਲਿਸ, ਲੇਡੀਜ਼ ਜਿਹੜੇ ਹੋਸਟਲ ਸੀਗੇ, ਗਰਲਸ ਹੋਸਟਲ ਸੀਗੇ, ਉਹਨਾਂ 'ਚ ਜਾ ਕੇ ਵੀ ਅੱਗਾਂ ਲਾਈਆਂ, ਤੋੜ ਭੰਨ ਕੀਤੀ, ਉਹਨਾਂ ਨੂੰ ਵੀ ਕੁੱਟਮਾਰ ਕੀਤੀ। ਜਿਹੜੇ ਬੋਆਇਜ਼ ਹੋਸਟਲ ਸੀ ਉੱਥੇ ਕੁੱਟਮਾਰ ਕੀਤੀ, ਯੂਨੀਵਰਸਿਟੀ ਦੇ ਅੰਦਰ ਜਾ ਕੇ। ਮੋਰਓਵਰ ਤੁਸੀਂ ਵੀਡੀਓ ਵੀਰ ਵਾਲੀ ਸਤਿ ਵਾਲੀ ਆ, ਪੁਲਿਸ ਦਾ ਤਰਕ ਹੈਗਾ ਕਿ ਅਸੀਂ ਜਿਹੜੇ ਪ੍ਰਦਰਸ਼ਨਕਾਰੀ ਸੀ, ਜਿਹੜੇ ਹਿੰਸਕ ਪ੍ਰਦਰਸ਼ਨਕਾਰੀ ਸੀ, ਉਹਨਾਂ ਦੇ ਮਗਰ ਅਸੀਂ ਕੈਂਪਸ ਵਿੱਚ ਜਾ ਵੜੇ। ਜਦਕਿ ਯੂਨੀਵਰਸਿਟੀ ਦੀ VC ਨੇ ਇਹ ਸਵਾਲ ਪੁੱਛਿਆ ਕਿ ਬਿਨਾਂ ਮਨਜ਼ੂਰੀ ਤੋਂ ਉੱਥੇ ਗਏ ਹੈਗੇ ਆ। ਪ੍ਰੈਸ ਕਾਨਫਰੰਸ ਦੇ ਵਿੱਚ ਵਾਰ ਵਾਰ ਦਿੱਲੀ ਪੁਲਿਸ ਤੋਂ ਸਵਾਲ ਕੀਤਾ ਗਿਆ। ਦਿੱਲੀ ਪੁਲਿਸ ਨੇ ਕਿਹਾ ਕਿ ਅਸੀਂ ਉਹਨਾਂ ਦੇ ਪਿੱਛੇ ਗਏ ਸੀਗੇ ਅਤੇ ਉਦੋਂ ਪਿੱਛੇ ਹੀ ਸਾਨੂੰ ਕੈਂਪਸ ਵਿੱਚ ਵੜਨਾ ਪਿਆ। ਇਹ ਉਹਨਾਂ ਦੀ ਸਫਾਈ ਹੈ। ਨਹੀਂ ਦੇਖੋ, ਜੋ ਵੀਡੀਓ ਤੁਹਾਡੇ ਸਾਹਮਣੇ ਵਾਇਰਲ ਹੋਈਆਂ ਸੋਸ਼ਲ ਮੀਡੀਆ 'ਤੇ, ਉਹ ਬਿਲਕੁਲ ਕਲੀਅਰ ਹੈ, ਐਡਿਟ ਤਾਂ ਬਿਲਕੁਲ ਨਹੀਂ ਕੀਤੀ ਹੋਈ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਹੀ ਦਿੰਦਾ। ਇੱਕ ਮਨੀਸ਼ ਸਿਸੋਦੀਆ ਜੀ ਨੇ ਵੀਡੀਓ ਵਾਇਰਲ ਕੀਤੀ ਸੀ ਬੱਸ ਦੇ ਉੱਤੇ, ਕੋਈ ਦੋ ਬੰਦੇ ਆਪਣਾ ਜਿਹੜੇ ਪੁਲਿਸ ਦੀ ਵਰਦੀ 'ਚ ਵੀ ਨਹੀਂ ਸੀਗੇ, ਸਿਵਲ ਵਰਦੀ ਸੀਗੇ, ਹੈਲਮਟਾਂ ਪਾਈਆਂ ਹੋਈਆਂ ਪੁਲਿਸ ਵਾਲੀ, ਉਹਨਾਂ ਨੇ ਜੈਕਟ ਪਾਈ ਹੋਈ ਸਿਰਫ, ਬਾਕੀ ਜੀਨ ਦੀ ਪੈਂਟ ਹੋਰ ਸੀਗੀ, ਉਹ ਕੁਛ ਗੇਰ ਰਹੇ ਸੀਗੇ ਬੱਸ 'ਚ। ਉੱਥੇ ਪੁਲਿਸ ਦਾ ਸਪਸ਼ਟੀਕਰਨ ਆਇਆ ਕਿ ਇਹ ਜੀ ਬੱਸ ਨੂੰ ਅੱਗ ਲੱਗੀ ਹੋਈ ਸੀਗੀ, ਇਹ ਬਿਲਕੁਲ ਅਫਵਾਹ, ਉਹ ਬੁਝਾ ਰਹੇ ਸੀਗੇ। ਹੁਣ ਬੱਸ ਨੂੰ ਨਾ ਤਾਂ ਉਸ ਟਾਈਮ ਕੋਈ ਅੱਗ ਲੱਗੀ ਸੀਗੀ, ਹੁਣ ਕੀ ਆ, ਗਲਾਸ ਦੇ ਪਾਣੀ ਨਾਲ ਤੁਸੀਂ ਬੱਸ ਦੀ ਅੱਗ ਬੁਝਾਓਗੇ? ਨਹੀਂ, ਉਹ ਬੱਸ ਬਚ ਗਈ ਜਾਂ ਸੜ ਗਈ? ਨਹੀਂ, ਉਹ ਬੱਸ ਜਿਹੜੀ ਹੈ ਉਹ ਬੱਸ ਫੜੀ ਹੈ, ਉਹ ਜਿਹੜੀ 4-5 ਬੱਸਾਂ ਫੂਕੀਆਂ ਉਹਨਾਂ ਵਿੱਚ ਵੀ ਉਹ ਬੱਸ ਫੂਕੀ ਹੋਈ ਸੀਗੀ। ਉਹ ਬੱਸ ਖਤਮ ਹੋ ਗਈ, ਜਿਹੜੀ ਮਨੀਸ਼ ਸੋਦੀਆ ਨੇ ਟਵੀਟ ਕੀਤਾ ਉਹ ਬੱਸ ਖਤਮ ਹੋ ਗਈ। ਉਹ ਬੱਸ ਜਿਹੜੀ ਹੈ ਉਹ ਬੱਸ ਵੀ ਜਿਹੜੀ ਬਾਅਦ 'ਚ ਦਿੱਲੀ ਪੁਲਿਸ ਦੇ ਉਸ 'ਚ ਆਈ ਹੈ, ਉਹ ਫੜੀ ਹੋਈ ਆਈ ਹੈ, ਬਟ ਉਹਨਾਂ ਦਾ ਇਹ ਸੀਗਾ ਵੀ ਉਹ ਬੱਸ। ਸਤਵੀਰ ਵਾਲੀਆ, ਦਿੱਲੀ ਪੁਲਿਸ ਦੀ ਸਫਾਈ ਹੈ ਇਸ 'ਤੇ ਵੀ। ਦਿੱਲੀ ਪੁਲਿਸ ਕਹਿੰਦੀ ਹੈ ਕਿ ਉਸ ਬੱਸ ਦਾ ਨੰਬਰ ਵੀ ਅਸੀਂ ਤੁਹਾਨੂੰ ਦੇ ਸਕਦੇ ਹਾਂ, ਉਹ ਬੱਸ ਨੂੰ ਕੁਛ ਨਹੀਂ ਹੋਇਆ, ਉਹ ਬੱਸ ਵਿੱਚ ਮਾੜੀ ਮੋਟੀ ਅੱਗ ਸੀ, ਉਸ ਨੂੰ ਬੁਝਾਇਆ ਗਿਆ। ਇਹ ਦਿੱਲੀ ਪੁਲਿਸ ਦਾ ਤਰਕ ਹੈ। ਕੀ ਤੁਸੀਂ ਇਸ ਕਰਕੇ ਜਲਦੀ ਟਵੀਟ ਕਰਤਾ ਕਿ ਅਮਾਨਤੁੱਲਾ ਖਾਨ 'ਤੇ ਸਵਾਲ ਉੱਠ ਰਿਹਾ ਸੀਗਾ? ਨਹੀਂ ਨਹੀਂ, ਜਿਹੜੀ ਵੀਡੀਓ ਸੀਗੀ ਉਸ ਵੀਡੀਓ 'ਚ ਬੱਸ ਨੂੰ ਕਿਤੇ ਅੱਗ ਨਹੀਂ ਲੱਗੀ ਦਿਖਾਈ ਦੇ ਰਹੀ ਸੀਗੀ, ਉਸ ਤੋਂ ਬਾਅਦ ਇੱਕ ਹੋਰ ਉਸੀ ਬੱਸ ਦੀ ਵੀਡੀਓ ਆਈ। ਤੁਸੀਂ ਐਡੀ ਜਲਦੀ ਫੈਸਲਾ ਕਿਵੇਂ ਕਰ ਲਿਆ? ਤੁਸੀਂ ਇੰਨੀ ਜਲਦੀ ਟਵੀਟ ਕਿਉਂ ਕਰਤਾ? ਨਹੀਂ, ਮੈਂ ਕਲੀਅਰ ਕਰ ਰਿਹਾ। ਸਤਵੀਰ ਵਾਲੀਆ, ਇੰਨੀ ਜਲਦੀ ਤੁਹਾਨੂੰ ਇੰਨੀ ਜਲਦੀ ਕਿਉਂ ਪਈ ਸੀ? ਤੁਸੀਂ ਵੇਟ ਕਰ ਲੈਂਦੇ ਨਾ। ਨਹੀਂ, ਮੈਂ ਗੱਲ ਨੂੰ ਕਲੀਅਰ ਤਾਂ ਕਰ ਰਿਹਾ ਨਾ। ਤੁਸੀਂ ਉਸ ਤੋਂ ਬਾਅਦ ਤੁਸੀਂ ਜਿਹੜੇ ਉੱਥੇ ਵਿਦਿਆਰਥੀ ਪਰੇਸ਼ਾਨ ਸੀ ਉਹਨਾਂ ਦੇ ਹੱਕ ਜਾ ਕੇ ਖੜਦੇ ਉੱਥੇ? ਮੈਂ ਉਹੀ ਤਾਂ ਕਹਿ ਰਿਹਾ, ਉਸੀ ਬੱਸ ਦੀ ਵੀਡੀਓ ਇੱਕ ਹੋਰ ਵਾਇਰਲ ਹੋਈ ਆ। ਉਸ 'ਚ ਇੱਕ ਪੁਲਿਸ ਵਾਲਾ ਬੱਸ ਦੇ ਅੰਦਰ ਇੱਕ ਪਾਣੀ ਦੀ ਬੋਤਲ ਨਾਲ ਸੀਟ 'ਤੇ ਕੁਝ ਗੇਰ ਰਿਹਾ। ਹੁਣ ਜੇ ਅੱਗ ਲੱਗੀ ਹੋਈ ਸੀ, ਕੀ ਪੁਲਿਸ ਵਾਲਾ ਇੰਨਾ ਦਲੇਰ ਸੀਗਾ ਕਿ ਅੱਗ ਲੱਗੀ ਬੱਸ ਦੇ ਵਿੱਚ ਸੀਟ ਦੇ ਉੱਪਰ ਪਾਣੀ ਨਾਲ ਕੁਝ ਗੇਰ ਰਿਹਾ? ਉਹ ਜੇ ਪੈਟਰੋਲ ਨਹੀਂ ਸੀਗਾ, ਹੋਰ ਕੀ ਸੀਗਾ ਉਹ? ਤਾਂ ਇਹ 100% ਗ੍ਰਹਿ ਮੰਤਰੀ ਦੀ ਕੰਸੈਂਟ ਦੇ ਨਾਲ ਦਿੱਲੀ ਪੁਲਿਸ ਨੇ ਗੁੰਡਾ ਤੰਤਰ ਦਾ ਰੋਲ ਇੱਥੇ ਪਲੇ ਕਰਕੇ ਸਟੂਡੈਂਟਸ ਦੇ ਉੱਤੇ ਅੱਤਿਆਚਾਰ ਕੀਤਾ ਹੈ। ਫਿਰ ਉਹੀ ਗੱਲ, ਸਿਰਫ ਦਿੱਲੀ 'ਚ ਇਲੈਕਸ਼ਨ ਹੈ, BJP ਦੀ ਪੁਰਾਣੀ ਸਟ੍ਰੈਟਜੀ ਰਹੀ ਹੈ ਕਿ ਜਿੱਥੇ ਉਹਦਾ ਨਾਲ ਕੁਛ ਨਹੀਂ ਬਣ ਸਕਦਾ ਉੱਥੇ ਉਹ ਦੰਗਾ ਕਰਾ ਕੇ ਪੋਲਰਾਈਜੇਸ਼ਨ ਕਰਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਸਾਹਮਣੇ BJP ਖਤਮ ਹੋ ਚੁੱਕੀ ਹੈ ਦਿੱਲੀ 'ਚ, ਸਿਰਫ ਪੋਲਰਾਈਜੇਸ਼ਨ ਕਰਨ ਦਾ ਕੰਮ ਕਰਨ ਵਾਸਤੇ BJP ਦੰਗਾ ਪਕੜ ਰਹੀ ਹੈ। ਸਾਰਾ ਕੁਝ ਪੋਲਰਾਈਜੇਸ਼ਨ ਲੱਗਦੀ ਪਈ ਹੈ। ਵਿਜੇ ਕੁਮਾਰ, ਤੁਹਾਨੂੰ ਕੀ ਲੱਗਦਾ ਪਿਆ ਕਿ ਕੁਛ ਤਾਂ ਵਿਦਿਆਰਥੀਆਂ ਨੇ ਇਹੋ ਜਿਹਾ ਕੁਛ ਕੀਤਾ ਹੋਊਗਾ, ਜਾਂ ਵਿਦਿਆਰਥੀਆਂ ਦੇ ਵਿਚਾਲੇ ਕੋਈ ਇਹੋ ਜਿਹੇ ਸ਼ਰਾਰਤੀ ਅੰਸਰ ਆ ਗਏ ਜਿਨ੍ਹਾਂ ਕਰਕੇ ਇਹ ਸਭ ਕੁਛ ਹੋ ਗਿਆ? ਕੁਛ ਤਾਂ ਅਪਡੇਟ ਤੁਹਾਨੂੰ ਮਿਲੀ ਹੋਊਗੀ, ਕਿਉਂਕਿ ਤੁਸੀਂ ਦਾਅਵਾ ਕਰ ਰਹੇ ਹੋ ਕਿ ਸਾਡੇ ਕੋਈ ਸਾਥੀ ਉੱਥੇ ਹੈਗੇ ਸੀਗੇ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਮੈਨੂੰ ਦੱਸ ਰਹੇ ਸੀ, ਪ੍ਰੋਗਰਾਮ ਸ਼ੁਰੂ ਹੋਇਆ ਜਾਮੀਆ ਮਿਲੀਆ ਇਸਲਾਮੀਆ ਦੇ ਵਿੱਚ, ਵਿਦਿਆਰਥੀਆਂ ਨੇ ਬਾਕਾਇਦਾ ਇੱਕ ਦਿਨ ਪਹਿਲਾਂ ਇਹ ਇੰਟੀਮੇਸ਼ਨ ਪੁਲਿਸ ਨੂੰ ਦਿੱਤਾ ਸੀ ਵੀ ਵਿਦਿਆਰਥੀ ਇੱਥੋਂ ਲੈ ਕੇ ਪਾਰਲੀਮੈਂਟ ਤੱਕ ਮਾਰਚ ਕਰਨਗੇ। ਜਿਹੜੀ ਪੁਲਿਸ ਸੀ, ਜਦਕਿ ਉਹਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ, ਪੁਲਿਸ ਨੂੰ ਇਹ ਅੰਦਾਜ਼ਾ ਸੀ ਕਿ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਕਰਨਗੇ, ਅਤੇ ਅੱਜ ਤੋਂ ਪਹਿਲਾਂ ਵੀ ਰਾਜਨੀਤਿਕ ਪਾਰਟੀਆਂ ਹੋਣ ਜਾਂ ਹੋਰ ਕੋਈ ਸੰਗਠਨ ਹੋਣ, ਉਹ ਪਾਰਲੀਮੈਂਟ ਤੱਕ ਮਾਰਚ ਕਰਦੇ ਰਹੇ ਨੇ। ਦਿੱਲੀ ਪੁਲਿਸ ਨੂੰ ਕੀ ਅਜਿਹੀ ਲੋੜ ਪਈ ਸੀ ਕਿ ਜਾਮੀਆ ਮਿਲੀਆ ਇਸਲਾਮੀਆ ਦੇ ਬਿਲਕੁਲ ਗੇਟ ਦੇ ਨੇੜੇ ਹੀ, ਜਿਵੇਂ JNU ਦੇ ਨੇੜੇ ਪਹਿਲਾਂ ਉਹਨਾਂ ਨੇ ਬੈਰੀਗੇਟ ਲਾਏ ਸੀ, ਉਹ ਬੈਰੀਗੇਟ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ? ਪਹਿਲੀ ਗੱਲ, ਇਹ JNU ਦੇ ਵਿੱਚ ਵੀ ਹੋਇਆ ਸੀਗਾ, ਹੋ ਸਕਦਾ ਸੀ ਵੀ ਇਹ ਵਿਦਿਆਰਥੀਆਂ ਨੂੰ ਉੱਥੇ ਤੱਕ ਲੈ ਕੇ ਜਾਂਦੇ ਅਤੇ ਉੱਥੇ ਵਿਦਿਆਰਥੀ ਆਪਦੀ ਗੱਲ ਕਹਿੰਦੇ, ਜਿਨ੍ਹਾਂ ਨੂੰ ਉਹ ਸੁਣਾਉਣਾ ਚਾਹੁੰਦੇ ਨੇ, ਜਿਨ੍ਹਾਂ ਨੂੰ ਵਿਦਿਆਰਥੀਆਂ ਨੇ ਚੁਣਿਆ ਉਹਨਾਂ ਨੂੰ ਕਹਿਣ ਦਾ ਉਹਨਾਂ ਦੇ ਕੋਲ ਹੱਕ ਹੈ। ਪਰ ਦਿੱਲੀ ਪੁਲਿਸ ਨੇ ਇਹ ਨਹੀਂ ਕੀਤਾ, ਕਿਉਂਕਿ ਜੋ ਮੇਰੇ ਸਾਥੀ ਪਹਿਲਾਂ ਕਹਿ ਕੇ ਗਏ ਨੇ, ਇਹ ਬਿਲਕੁਲ ਉਹਨਾਂ ਨੂੰ ਸਖ਼ਤ ਹਦਾਇਤ ਸੀ। ਸਾਡੇ ਕੋਲ ਜੋ ਵੀਡੀਓਜ਼ ਨੇ, ਜੇ ਅਸੀਂ ਇਸ TV 'ਤੇ ਚਲਾਵਾਂਗੇ, ਤੁਸੀਂ ਦੇਖੋਗੇ ਜਿਹੜੀ ਦਿੱਲੀ ਪੁਲਿਸ ਹੈ ਉਹ ਲਾਇਬ੍ਰੇਰੀਆਂ ਦੇ ਵਿੱਚ ਵੜ ਰਹੀ ਹੈ, ਉਹ ਜਾਮੀਆ ਮਿਲੀਆ ਇਸਲਾਮੀਆ
कि जिहदा भी नाम कल्ले कल्ले उन्हां नूं नहीं कुट्टिया गया, उन्हां दे नाल एक गार्ड जिहड़ा जामिया नगर दे विच रहिंदा गा उन्हूं भी कुट्टिया गया, एक जिहड़ा होर नौजवान जिहड़ा कि आपकी भैण दे घरे आया होया सीगा उहदा प्रोटेस्ट नाल कोई लेना देना नहीं सी, उहनूं भी ऑटो ते फड़ के कुट्टिया, गड्डियां चों कढ कढ के कुट रहे ने, ऑटोआं चों कढ कढ के कुट रहे ने, कुड़ियां दे होस्टलां च बड़ बड़ के कुट रहे ने। तां असीं इह समझना चाहुंदे आ दिल्ली पुलिस तों वी जिहड़ा उह बयान दे रहे आ कि असी कुछ नहीं कीता, स्टूडेंट वायलेंस कर रहे सी, स्टूडेंट वायलेंस किवें कर रहे सी, खाली हाथ केड़ा वायलेंस कर रहे सी, पुलिस वाले इंजर्ड होए किवें इंजर्ड होगे, सवाल यह है, सवाल यह है भी जदों उन्हां दे उते मतलब स्टूडेंटां दे उते एकदम लाठी चार्ज किया गया, एकदम लाठी चार्ज किया गया, दिल्ली पुलिस यह देख रही नहीं है भी किदे कित्थे सट बज रही है, उस दे विच जिवें पहलां भी जेएनयू दे विच इस तरीके दा हुंदा रहा गा, असीं इह मनदे आ भी उस दे विच हुण जिहड़े पत्थरबाजी होई है विद्यार्थियों ने नहीं कीती, असीं इह मनदे आ चंगी तरह क्योंकि कोई वीडियो हाल तक इदां दी नहीं आई कि किसी भी विद्यार्थी ने पत्थरबाजी की है, हो सकदा आर एस एस दे बंदे होण जिवें सिविल वर्दी दे विच बढ़ के उह कुड़ियां नूं कुट रहे ने, होर विद्यार्थियों नूं कुट रहे ने, उन्हां ने आपस च पत्थरबाजी शुरू की होवे कि पुलिस इधरों भड़के इह इधरों भड़के, तुसीं इह किवें दावा कर सकदे आर एस एस दे बंदे होण, बिल्कुल कर सकदे आ ਅਸੀਂ ਇਸ ਤਰੀਕੇ ਨਾਲ ਕਰ ਸਕਦੇ ਹਾਂ, ਇਹਨਾਂ ਨੇ ਦਾਵਾ ਕਰਤਾ ਇੱਕ ਮਿੰਟ 'ਚ ਉਵੇਂ ਤੁਸੀਂ ਕਰਤਾ, ਇੱਕ ਮਿੰਟ ਬਿਲਕੁਲ ਨਹੀਂ ਕਰ ਰਹੇ, ਬਿਲਕੁਲ ਸੋਰਸ ਹੈ ਮੇਰੇ ਕੋਲ, ਬਿਲਕੁਲ ਤੁਸੀਂ ਵੀਡੀਓ ਦੇਖ ਸਕਦੇ ਹੋ ਡੀ ਯੂ ਦੇ ਵਿੱਚ ਕੀ ਹੋਇਆਗਾ, ਡੀ ਯੂ ਦੇ ਵਿੱਚ ਪੁਲਿਸ ਵੀ ਕੁੱਟ ਰਹੀ ਹੈ, ਡੀ ਯੂ ਦੇ ਵਿੱਚ ਏ ਬੀ ਵੀ ਪੀ ਦੇ ਗੁੰਡੇ ਵੀ ਕੁੱਟ ਰਹੇ ਨੇ, ਇਹ ਕਿਹਨੇ ਪਰਮਿਸ਼ਨ ਦਿੱਤੀ ਹੈ ਇਹਨਾਂ ਨੂੰ, ਛੋਟਾ ਬ੍ਰੇਕ ਲੈਣਾ, ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ, ਮੈਂ ਕੋਸ਼ਿਸ਼ ਕਰ ਰਿਹਾ ਕਿ ਸੰਜੀਦਾ ਚਰਚਾ ਹੋਣੀ ਚਾਹੀਦੀ ਹੈ, ਸਮਝਣ ਦੀ ਜ਼ਰੂਰਤ ਹੈ ਕੀ ਹੈ ਕਿ ਹੋਇਆ ਕੀ ਹੈਗਾ, ਇਸ ਦੇ ਵਿਚਾਲੇ ਸਵਾਲ ਇਹੋ ਜਿਹੇ ਵੀ ਪੁੱਛੇ ਜਾਣੇ ਲਾਜ਼ਮੀ ਹੈਗੇ ਜਿਹੜੇ ਸਵਾਲ ਉਹ ਕੋੜੇ ਲੱਗਦੇ ਹੋਣ, ਪਰ ਸਵਾਲ ਇਹ ਹੈਗਾ ਕਿ ਅਫਵਾਹਾਂ ਤੋਂ ਕਿਵੇਂ ਬਚਿਆ ਜਾਵੇ, ਜਿਹੜੀਆਂ ਅਫਵਾਹਾਂ ਫੈਲ ਰਹੀਆਂ ਹੈਗੀਆਂ ਉਹਨਾਂ ਤੋਂ ਕਿਵੇਂ ਬਚਿਆ ਜਾਵੇ, ਅਫਵਾਹਾਂ ਦੇ ਵਿਚਾਲੇ ਜੇ ਸਰਕਾਰੀ ਤੰਤਰ ਹਾਵੀ ਹੋ ਰਿਹਾ ਤਾਂ ਇਹ ਸਾਡੇ ਅੱਗੇ ਸਭ ਤੋਂ ਵੱਡਾ ਸਵਾਲ ਹੈ, ਸੰਵਿਧਾਨਕ ਸੰਕਟ ਦੇ ਵਿਚਾਲੇ ਜੋ ਸੰਵਿਧਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੋਵੇ ਅਤੇ ਉਦੋਂ ਜਾਮੀਆਂ ਜ਼ਰੀਏ ਰਾਜਨੀਤੀ ਪਾਲਦੀ ਕੀ ਪਈ ਆ, ਬ੍ਰੇਕ ਤੋਂ ਵਾਪਸ ਆ ਕੇ ਇਹੀ ਟਾਰਗੇਟ ਪੁੱਛਣਾ ਹੈਗਾ। ਅਸੀਂ ਸਵਾਲ ਇੱਕੋ ਪੁੱਛ ਰਹੇ ਵਿਦਿਆਰਥੀਆਂ ਜ਼ਰੀਏ ਰਾਜਨੀਤੀ ਦਿੱਲੀ 'ਚੋਂ ਕਿਹੜਾ ਰਾਹ ਲੱਭ ਰਹੀ ਹੈ, ਪੈਨਲ ਸਾਡਾ ਮੌਜੂਦ ਹੈਗਾ, ਏ ਬੀ ਵੀ ਪੀ ਨੂੰ ਸੱਦਿਆ ਸੀ ਉਹ ਆਏ ਨਹੀਂ ਗਏ, ਐੱਨ ਐੱਸ ਯੂ ਆਈ ਨੂੰ ਕਿਹਾ ਸੀਗਾ ਪਰ ਉਹ ਬਿਜ਼ੀ ਹੈਗੇ ਉਹ ਵੀ ਨਹੀਂ ਪਹੁੰਚੇ ਗਏ, ਪ੍ਰੈਸ ਮਨਜੀਤ ਸਿੰਘ ਕੋਈ ਟਾਰਗੇਟ ਲੱਗਦਾ ਜਾਂ ਇਹ ਅਚਾਨਚੱਕ ਹੋ ਗਿਆ? ਦੇਖੋ ਦੋਵੇਂ ਗੱਲਾਂ ਹੀ ਹੈਗੀਆਂ, ਕੁਛ ਤਾਂ ਉਹਨਾਂ ਬੱਚਿਆਂ ਨੂੰ ਜਿਸ ਢੰਗ ਨਾਲ ਹੈਗਾ ਉਹ ਉਹਨਾਂ ਨੇ ਜ਼ਰੂਰ ਪ੍ਰੋਟੈਸਟ ਕੀਤਾ ਪਹਿਲਾਂ ਜਿਹੜਾ ਔਰ ਜਿਹਨੂੰ ਪੁਲਿਸ ਨੇ ਖੂਬ ਮਤਲਬ ਮਾਰਿਆ ਕੁੱਟਿਆ ਉਹ ਤਾਂ ਸਾਰਾ ਟੀਵੀਆਂ ਦੇ ਉੱਤੇ ਆਪਾਂ ਵੇਖਿਆ, ਉਦੋਂ ਬਾਅਦ ਉਹ ਯੂਨੀਵਰਸਿਟੀ ਬੰਦ ਹੋ ਜਾਂਦੀ 13 ਤਰੀਕ ਨੂੰ ਔਰ 5 ਤਰੀਕ ਤੱਕ ਯੂਨੀਵਰਸਿਟੀ ਬੰਦ ਕਰ ਦਿੱਤੀ ਜਾਂਦੀ ਆ ਔਰ ਉਹਦੇ ਇੱਥੇ ਉੱਥੇ ਜਿਹੜੇ ਇਗਜ਼ਾਮ ਵਗੈਰਾ ਉਹ ਵੀ ਬੰਦ ਹੋ ਜਾਂਦੇ ਆ, ਮਤਲਬ ਇਹ ਛੋਟੀ ਗੱਲ ਨਹੀਂ, ਇੱਕ ਯੂਨੀਵਰਸਿਟੀ ਲਈ ਇਗਜ਼ਾਮ ਜਿਹੜੇ ਆ ਪੋਸਟਪੋਨ ਕਰ ਦੇਣੇ ਜਾਂ ਸਾਰਾ ਕੋਈ ਯੂਨੀਵਰਸਿਟੀ ਬੰਦ ਕਰ, ਪਰ ਆਹ ਜਿਹੜਾ ਅੱਜ ਹੋਇਆ ਉਦੋਂ ਬਾਅਦ ਜਿਹੜਾ ਵਾਇਲੈਂਟ ਹੋਇਆ ਆ ਉਹਦੇ ਵਿੱਚ ਜਿਹੜੇ ਕਲੇਮ ਅਤੇ ਕਾਊਂਟਰ ਕਲੇਮ ਆ ਉਹ 'ਤੇ ਜੇ ਕੋਈ ਇਨਕੁਆਇਰੀ ਹੋਵੇ ਤਾਂ ਫਿਰ ਥੋੜ੍ਹਾ ਬਹੁਤ ਫੈਕਟ ਸਾਡੇ ਸਾਹਮਣੇ ਆ ਸਕਦਾ ਆ, ਪਰ ਇਸ ਦਾ ਜਿਹੜਾ ਕੁੱਟਮਾਰ ਦਾ ਬਾਅਦ ਵਿੱਚ ਕਰਨਾ ਪੁਲਿਸ ਵੱਲੋਂ ਦੜਾ ਦੜਾ ਕੇ ਪਿੱਛੇ ਹੱਥ ਖੜੇ ਕਰਕੇ ਉਹਨਾਂ ਨੂੰ ਕਰਨਾ, ਫਰਨੀਚਰ ਨੂੰ ਤੋੜਨਾ ਕਰਨਾ, ਇਹ ਇੱਕ ਕਿਸਮ ਦਾ ਮੈਨੂੰ ਲੱਗਦਾ ਕਿ ਇੱਕ ਇਹੋ ਜਿਹੀ ਜ਼ਿਆਦਾਤਰ ਮਤਲਬ ਜਿਹਨੂੰ ਜਾਤੀ ਕਹਿੰਦੇ ਆ ਇੱਕ ਵਾਇਲੈਂਟ, ਜਿਸ ਤਰ੍ਹਾਂ ਪੁਲਿਸ ਭੁੱਖੇ ਬਘਿਆੜ ਨਹੀਂ ਕਿਸੇ 'ਤੇ ਛੱਡ ਦਿੰਦੇ, ਇਹ ਅਸੀਂ ਕਿਸੇ ਵੇਲੇ ਦੇਖਦੇ ਹਾਂ ਪੁਲਿਸ ਇਹੋ ਜਿਹੜਾ ਚਿਹਰਾ ਆਪਣਾ ਘਿਨਾਉਣਾ ਦਿਖਾਉਂਦੀ ਹੈ, ਜਿਹਨਾਂ ਤੋਂ ਅਸੀਂ ਵੈਸੇ ਤਾਂ ਲਾਅ ਐਂਡ ਆਰਡਰ ਦੀ ਹਮੇਸ਼ਾ ਉਮੀਦ ਕਰਦੇ ਆ, ਔਰ ਜੋ ਇੱਥੇ ਬਿਆਨ ਆਇਆ ਪੁਲਿਸ ਵਾਲੇ ਦਾ ਉਹ ਤਾਂ ਇਉਂ ਲੱਗਦਾ ਬਿਲਕੁਲ ਠੀਕ ਗੱਲ ਕਹੀ ਹੈ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੇ ਕਿ ਇਹ ਜਿਸ ਤਰ੍ਹਾਂ ਕਿਤੇ ਬੀਜੇਪੀ ਦਾ ਕੋਈ ਸਪੋਕਸਮੈਨ ਬੋਲਦਾ ਹੋਵੇ, ਇਹਨਾਂ ਹਾਲਾਤਾਂ 'ਚ ਇੱਕ ਗੱਲ ਤਾਂ ਮੈਨੂੰ ਵੀ ਲੱਗਦੀ ਹੈ ਜਿਹੜੀ ਪੋਲਰਾਈਜੇਸ਼ਨ ਵਾਲੀ ਗੱਲ, ਉਹ ਤੁਸੀਂ ਇਕੱਲਾ ਦਿੱਲੀ ਦੀਆਂ ਇਲੈਕਸ਼ਨਾਂ ਨਾਲ ਜੋੜ ਕੇ ਨਾ ਦੇਖੋ, ਤੁਸੀਂ ਓਵਰਆਲ ਹੀ ਦੇਖੋ ਕਿ ਜਿਹੜੀਆਂ ਇਹ ਇਲੈਕਸ਼ਨ ਨੂੰ ਵੀ ਜੋੜ ਲਈਆਂ ਨਾਲ, ਨਹੀਂ ਬਿਲਕੁਲ ਜਿਸ ਤਰ੍ਹਾਂ ਵੈਸਟ ਬੰਗਾਲ ਨੂੰ ਵੀ ਜੋੜ ਲਈਏ, ਨਹੀਂ ਨਹੀਂ ਬਿਲਕੁਲ ਇਹ ਜਿਹੜੀਆਂ ਇਲੈਕਸ਼ਨ ਬਿਲਕੁਲ ਜਿਹੜੀਆਂ ਇਹ ਇਲੈਕਸ਼ਨਾਂ 20 ਪਾਰਲੀਮੈਂਟ ਦੀਆਂ ਜਿੱਤੀਆਂ ਗਈਆਂ ਉਹ ਪੋਲਰਾਈਜ਼ ਦੇ ਹਿਸਾਬ ਦੇ ਨੈਸ਼ਨਲਿਜ਼ਮ ਦੇ ਸਿਰਫ ਅਤੇ ਸਿਰਫ ਮੁੱਦੇ ਦੇ ਉੱਤੇ, ਔਰ ਮੋਦੀ ਨੇ ਕਿਵੇਂ ਧਾਰਾ 370 ਨੂੰ ਬਾਅਦ ਵਿੱਚ ਜਦੋਂ ਹਟਾਈ ਆ ਇਹ ਨੰਬਰ 2 ਸੀਗਾ ਉਸੇ ਤਰ੍ਹਾਂ ਹੀ ਪੋਲਰਾਈਜੇਸ਼ਨ ਨੂੰ, ਔਰ ਉਸੇ ਧਾਰਾ 370 ਨੂੰ ਹਟਾਉਣ ਛਾਤੀ ਚੌੜੀ ਕਰ ਕਰਕੇ ਕਿਵੇਂ ਹਰਿਆਣੇ ਔਰ ਮਹਾਰਾਸ਼ਟਰ ਦੀਆਂ ਚੋਣਾਂ ਦੇ ਵਿੱਚ ਉਸ ਗੱਲ ਦਾ ਪ੍ਰਚਾਰ ਕੀਤਾ ਭਾਵੇਂ ਬਹੁਤਾ ਹੰਗਾਰਾ ਨਹੀਂ ਮਿਲਿਆ। ਹੁਣ ਜਿਹੜਾ NRC ਅਤੇ CAB ਜਿਹੜਾ ਜਿਹੜੀ ਹੁਣ ਕਿ CAA ਬਣ ਗਿਆ, ਸਿਟੀਜ਼ਨ ਅਮੈਂਡਮੈਂਟ ਐਕਟ ਬਣ ਚੁੱਕਾ ਆ, ਇਹਨਾਂ ਨੂੰ ਦੋਵਾਂ ਨੂੰ ਜੋੜ ਕੇ ਦੇਖਿਆ ਜਾਏ ਤਾਂ ਸਾਰੇ ਨੌਰਥ ਈਸਟ ਵਿੱਚ ਜਿਵੇਂ ਆਪਾਂ ਜਾਣਦੇ ਹਾਂ ਲਾਂਬੂ ਲੱਗਾ ਔਰ ਉਹਦੀ ਜਿਹੜੀ ਲਾਂਬੂ ਦਾ ਸੇਕ ਆ ਉਹ ਦਿੱਲੀ ਤੱਕ ਆਇਆ। ਇਹ ਪੋਲਰਾਈਜੇਸ਼ਨ ਦੇ ਵਿੱਚ ਉਹ ਹਿੰਦੂ ਮੈਜੋਰਿਟੀ ਦੇ ਬਾਕੀ ਘੱਟ ਗਿਣਤੀਆਂ ਔਰ ਖਾਸ ਕਰਕੇ ਮੁਸਲਿਮ ਘੱਟ ਗਿਣਤੀ ਉਹਨੂੰ ਟਾਰਗੇਟ ਕਰਕੇ ਇਹ ਬਾਕੀ ਸਾਰੇ ਸੂਬਿਆਂ ਦੇ ਵਿੱਚ ਵੀ ਜਗ੍ਹਾ ਜਗ੍ਹਾ ਉਸੇ ਕਿਸਮ ਦੀ ਸਿਚੁਏਸ਼ਨ ਦੇ ਵਿੱਚ, ਕਿਉਂਕਿ ਜੋ ਇਹਨਾਂ ਨੇ ਪਿੱਛੇ ਬੜਾ ਸਾਫ ਦੇਖਦਾ ਆ ਕਿ ਜੋ ਬੇਕਰਤੂਤੀ ਸਾਰੀ ਹੋਈ ਉਹਦਾ ਨਾਂ ਹੀ ਨਹੀਂ ਲੈਂਦੇ, ਐਡੀ ਵੱਡੀ ਆਪਣੇ ਆਪ ਨੂੰ ਅਚੀਵਮੈਂਟ ਦੱਸਦੇ ਸੀਗੇ ਨੋਟਬੰਦੀ ਦੀ ਅਤੇ GST ਦੀ, ਉਹਦਾ ਬਿਲਕੁਲ ਵੀ ਨਾਂ ਲੈ। ਸਵਾਲ ਇਹ ਵੀ ਹੈਗਾ ਕਿ
कुछ जिहड़े बीजेपी के लीडर है वो ये गल भी कह रहे हैं कांग्रेस इन्हां सारे मुद्दों भड़का रही है जानबूझ के। कांग्रेस ने रैली की रामलीला मैदान दे विच, उस रैली नू इस हिंसा दे नाल जोड़ के देखा जाना चाहिए कि नहीं? क्यों नहीं करनगे? मेरा तो ख्याल है कि कांग्रेस जी मुख विरोधी पार्टी है, जी अपनी बहुत जमीन खो चुकी है और जिन्होंने ये खत्म करने लिए चले हुए कहें कि असी कांग्रेस मुक्त भारत बनाना। तो जो कोई धरातल के उत्ते इन्हों का पॉजिटिव कोई विकास का जो लोगों के असली मुद्दे का कुछ दिखूगा ही नहीं लोगों को, और उल्टा लोगों किसी ना किसी चक्कर फसा के अपने ही देश। मेरा सवाल नहीं प्रसमजीत सिंह, मेरा सवाल यह है कि कांग्रेस की रैली जी भारत बचाओ रैली उन्होंने की, उस रैली में इस हिंसा ना जोड़ के देखा जाना चाहिए कि नहीं? मेरा ख्याल है कि उदा इहदे नाल ते कोई वैसे मतलब नहीं है, पर वह जदों इहो जिहे हालात पूरे देश च समुचे च बने, कल्ली इस जामिया मिलिया दी नहीं देखना चाहिए, उन्होंने जिहड़ा लार्जर देश दे अंदर माहौल बन गया उहदे कंटेक्सट विच देखना चाहिए। फॉर इंस्टेंस नॉर्थ ईस्ट का तो किन्ने दिनों का शुरू होया होया, इस करके जिहड़ा नॉर्थ ईस्ट की सारी गल लगी तो विचे जामिया मिलिया जिहड़ा एज ए फॉलोअप हैगा, जे एन यू के विद्यार्थी किन्ने दिन के हड़ताल के उत्ते है। कुल मिला के कांग्रेस को यह लगन लगा कि जिहड़ी बीजेपी की पापूलैरिटी सी जां उन्हां दे हत्थों जिहड़ी राजनीतिक जमीन है पैरां थल्लों हुण खुस रही है, तो आपां हल्ला बोल थोड़ा करिए अपनी पार्टी नूं रिवाइव करिए। यह उस हालात के उन्हां दी रैली हैगी है, और बिल्कुल सवाल करने चाहिए वह कांग्रेस होवे क्योंकि कांग्रेस ही मुख विरोधी पार्टी है, जां कोई भी होर। अज मैं पहली बारी मैं हुणे इत्थे आउण तों पहलां पंजाब यूनिवर्सिटी कैंपस चों आ रहा, एड्डा वड्डा रोह भरिया और एड्डा वड्डा जोशीला और सारिया जथेबंदियां घट्टो घट्ट 8 जथेबंदियां जिहदे च लैफ्ट जथेबंदियां भी सी, अंबेदकर स्टूडेंट यूनियन सीगी, सिखां दीआं जथेबंदियां सी, सत्थ सीगी, बुल्ले सौ निहाल दे नारे लगे है जी, NSUI सी, NSU नहीं आई, अकालिया की नहीं आई, सोई नहीं आई, सोई भी नहीं कोई नहीं आईया, पर बाकी सारे सोई ने तो फिर ABBP खंडना, बिल्कुल ABBP नहीं आई, ये कोई नहीं आईया बाकी, पर जी स्पोंटेनियस जो जो उन्होंने टीवी के राही मीडियम के माध्यम राही जो बच्चों ने उत्थे देखा कि उत्थे कितनी धक्काशाही कुड़ियों मुंडिया ना की गई है, कुट कुटिया मारिया तो हाथ खड़े करके बाहर कढ़ के तोरिया गया, शहर से डेमोन्स्ट्रेट किया, तो आप महारे इन्ना गुस्सा से मैं अन्ना हजारे की मूवमेंट बाद ये पहली बारी इन सालों बाद छिया सालों बाद एडा वड्डा रोह भरिया मुजहरा उत्थे देखिया, उत्थे मोदी की अर्थी फूकी गई और ये सारे समुचे देश हो रहा। इतों एक अंदाजा साफ लगता है कि जो ये हालत बन रही है उसनू कांग्रेस ने भली भात पहचान के रैली की। सतबीर वालिया तुहानू कितें ये लगता है कि विद्यार्थियों वरत्या तो नहीं जा रहा? नहीं देखो जदों भी देश कदी भी कोई ऐसी चाहे कांग्रेस सरकार रही है चाहे हुण BJP हैगी है, कदी भी कोई देश ऐसी वड्डी करुती आई है तो हमेशा स्टूडेंट यूनियन बेसिकली वो हमेशा फ्रंट पर आके उन्होंने अपनी आवाज़ चक्की है। देखो जे आपां कहीए तुसीं गल करो भी दिल्ली च वरत्या जा रहा है, नॉर्थ ईस्ट तक कदों शुरू है जो प्रोफेसर साहब ने कहा, तो ऑल ओवर इंडिया अज दिल्ली का प्रोटेस्ट जो होया जो दिल्ली च बर्बरता दिल्ली च पुलिस दे आपां कह सकदे आ दिल्ली पुलिस दे गुंडिया ने, मैं गुंडा वर्ड यूज करूंगा, दिल्ली पुलिस दे गुंडिया ने जो बरती है अज पूरे इंडिया च प्रोटेस्ट कॉल होया। सतबीर वालिया थोड़ा मैनूं समझा दो जिहड़ा जामिया च प्रोटेस्ट एक दिन पहला तो होया नहीं, इस तो पहला चल रहा सी ना, रोस मुजहरे हो रहे सी ना, धरना दित्ता जा रहा सी ना, कि आम आदमी पार्टी दी यूथ विंग ने सपोर्ट कीता उसनूं? नहीं देखो यूथ विंग जिहड़े स्कूल जिहड़े कॉलेजां च बच्चे पढ़ते हैं चाहे ABBP हैगी है चाहे सोई है चाहे ISA है चाहे आम आदमी पार्टी दी यूथ विंग है चाहे कोई भी है, सारी जथेबंदियां इकट्ठियां होकर तुरदियां होंदियां। हुण जे तुसीं कहो भी आम आदमी पार्टी ने भड़काया, ये बिल्कुल गल नहीं हुई हैगी, जबकि BJP की एक बकायदा मैं इन्हूं कहूँगा कि एक यूनिट हैगी है चाहे ABBP ले लो उन्हूं जिहड़े कि गुंडा तंत्र का रूप धारण करके जाके इल्जाम क्यों लाते पे है? देखो जिहड़ा साडे विधायक की गल हो रही सी, साडा विधायक उत्थों घट तो घट पौने किलो किलोमीटर दे कोल प्रोटेस्ट सीगा उस च शामिल सी, उत्थे कोई वारदात नहीं हुई, उत्थे उहदे नेड़े तेड़े अद्धे किलोमीटर सराउंडिंग एरिया च कोई ऐसा इंसीडेंट नहीं होया। भी हुण BJP उही मैं तुहानूं गल कहना है कि BJP पोलराइजेशन कर रही है, आम आदमी पार्टी दे इल्जाम ला के अपना निशाना सिधण दी कोशिश कर रही है, क्योंकि सारी दुनिया जाणदी है कि हमेशा जद भी दंगे होए हैं देश च सब तो ज़्यादा दंगियां जी मोटी जिहड़ी है वह BJP रही है और इलैक्शन टाइम च रही है। विजय तुहानूं लगदा किसी पोलीटिकल पार्टी ने जां आम आदमी पार्टी ने कांग्रेस ने किसी ने अफवाह फैलाई है? ये अफवाह वर्गी कोई गल रही नहीं सकती, असी देख रहे हैं देश दे विच जो NRC जिस तरीके नाल लियाए उसका विरोध होया, तुसीं आम आदमी पार्टी ते कांग्रेस नूं जां आम आदमी पार्टी दी यूथ विंग जां कांग्रेस यूथ विंग नूं इस तों पासे करदे हो?
बिल्कुल मैं कह रहा भी ओनू पासे करना या नाल लेना तो बाद दी गल असी प्रोटेस्ट दी गल कर रहे हैं प्रोटेस्ट दे उत्ते होए जिहड़ा हमला गा सी उस दी गल कर रहे हैं। ये हमला असाम दे विच भी होया, असाम दे विच दो विद्यार्थियों नू सीधा डायरैक्ट गोली मार के मार दिता गया, उस तो बाद असाम बंद हो जाता है। ये फिर जामिया दे विच प्रोटेस्ट हुंदा है, अलीगढ़ यूनिवर्सिटी दे विच प्रोटेस्ट हुंदा, अलीगढ़ यूनिवर्सिटी च असीं की देख रहे हैं, पुलिस खुद मोटरसाइकलों नू तोड़ी जाती है, ना विद्यार्थियों दे लगाई जाती है, उस तो बाद वो कहिंदे ने इन्हां नूं बाहर कढ़ो, बाहर कढ़ के मारो। असीं की देख रहे हाँ इस देश दे विच के पी सिंह जी अज जिहड़ी लड़ाई है ना, ये जो जिसनों हिंसा बना के पेश साडे सामने किया जा रहा है, एक अंदोलन है, ये उही अंदोलन है जिसनों असी ये बिल्कुल रूप नहीं दे सकते। मैं तो शुरू च गल कह चुका विजय कुमार, मैं शुरू च गल कह चुका कि इसनों हमला मनिया जा सकता है, पर जो तो पुलिस वाले भी इंजर्ड हो तो विद्यार्थी भी इंजर्ड हो फिर हिंसा हुई ना कि नहीं हुई? असी तो एक मैंने थोड़ा जस्टिफिकेशन दे दो ना। मेरा एक सवाल है के पी सिंह जी, बीजेपी नू भी है, पुलिस नू भी है, कि शुरुआत कितों हुई, शुरुआत किने की, जिन्हें शुरुआत की है तो जिहड़ी जिहड़ी गल पुलिस दे विच जिहड़े सट्टां दी गल कर रहे हो तुसीं, एक पुलिस वाले नू सट्ट वजी उहदे सिर ते वजी है, तो उसका जिहड़ा विद्यार्थी कह रहे हैं उहनू विद्यार्थी आप अपने मोटरसाइकिल ते बिठा के ले जा रहे हैं होस्पिटल, उसकी वीडियो मैं तुहानू दे सकदा जे तुहाडे कोल नहीं है। मैं कह रहा भी जे विद्यार्थी कुट दे तो फिर उन्होंने होस्पिटल ले जाने की लोड़ सी? उन्होंने विद्यार्थी ने बिल्कुल उन्होंने नहीं कुटिया। ये जी हिंसा है बकायदा ये बीजेपी ने प्लैन तरीके ना करवाई है, पुलिस साबित किवें करोगे कि बीजेपी के कुछ बंदे दे विच आ गए? मैं कहना साबित करने की कुछ लोड़ ही बची नहीं है। मैं कहना हिंसा शुरू कितों होंदी है? जेड़ा जामिया मिलिया इस्लामिया का गेट तोड़ रहे ने उन्होंने किने परमिशन दी कि तुसी जामिया मिलिया इस्लामिया का गेट तोड़ो? उस दे विच जेड़े सीधे डांगा पुलिस दे कोल चिट्टियां डांगा ने जिन्हां विचों साफ दिख सकदा, पर एक बंदे जिहड़े नूं असीं तस्वीर च देख सकदे वीडियो च देख सकदे उहदे कोल उह डांग ही नहीं है जिहड़ी पुलिस कोल है, उसने वर्दी भी नहीं पाई हुई, उन्हें मूंह बन्निया होया, उन्हें सिर ते हैलमेट लिया होया, ते उह कुड़ियां ते डांगा भरा रहा है, ते सिद्धियां डांगा भरा रहा है। असीं सवाल है पुलिस दस्से भी उह कौन है, पुलिस दी हाजरी दे विचों कुड़ियां नूं कुट रहा है। होर छोटा ब्रेक लवांगे, ब्रेक तों वापस आवांगे। नागरिकता कानून कुटमार ते सरकार असीं बहस इस ते कर रहे हां, कानून दे रखिआ ने नागरिक क्यों कुटिआ, सवाल इह बड़ा महत्वपूर्ण हैगा। नागरिकता कानून के मामले में सब कुछ हो रहा है तो नागरिक ही कुटे जा रहे हैं, ब्रेक तो वापस आके सारे सवाल हो गए। जरूर वाला सवाल से पूछे विद्यार्थियों जरिए राजनीति दिल्ली चो कड़ा राह लभ रही है, प्रोफेसर मनजीत सिंह कि असी इसनों इतों तक ही सीमित रख दिए कि पोलराइजेशन हो रही है बस? नहीं 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 नहीं, पोलराइजेशन तो एक मतलब हैगा कि जिहड़ियां इमीजिएट इलैक्शन भावें वैसट बंगाल दियां भावें दिल्ली दियां उहदे च शायद उन्हां दी लगदा मैनूं काफ़ी हद तक इस किस्म दा, क्योंकि पैर जिहड़े आ दिल्ली दे विच वी बीजेपी दे सिर्फ वोटां नाल जोड़ के देखा जावे नहीं, एक तो यह हैगा, पर लार्जर पॉलिटिक्स भी इहदे च हैगी आ बिल्कुल। नहीं नहीं, इसनूं इस एंगल नाल नहीं देखा जाणा चाहीदा कि एक नौजवान आ जिहड़ा यूथ हैगा किते उहनूं डराया तां नहीं जा रिहा? मेरा ख्याल है कि जिहड़ी हालत आ ड्राउण वाली तो बहुत अगे लंघ गई आ, हुण जे कुट मार के जे डराउणगे डराउण की जगह उल्टा हुणे डरनगे कि ये किदां चार साल पूरे किवें करने, इहनां लई बहुत मुश्किल हो जाऊगा। उहदा कारण आ लोक इन्ने सताए पए आ 24 घंटे इक्को ही राग, अज दी डेट दे विच अजे भी पिछले एक महीने तो 100 रुपये तो थले गंढे नहीं आए, और उहदे नाल जिन्नियां बाकी सब्जियां मैं तो खोल खरीद के लिआउणा कोई 40-50 रुपये तो थले सब्जी नहीं, जदकि 5 तो 10 रुपये इन्हां दिनां च इन्नी सर्दी दे विच 5 तो 10 रुपये किलो थले सब्जी नहीं सी हुंदी, गरीब ने खाणा की आ, कोई दाल नहीं, कोई असली मुद्दा तो ध्यान भटकाया जा रिहा इन्ना, वह तो है ही है। मैं तो कहना आर्थिकता तबाह हुई है, बेरोजगारी हुई है, वो करके लोगों को कोई समझ नहीं पै रही कि 24 घंटे सानू एको ही मंत्र हिंदू मुस्लिम कभी बाबरी मस्जिद का आ गया, वह सुप्रीम कोर्ट का हो गया जी, वह हुण दोबारा रेट हो गई, हुण फिर धारा 370 का वह रौला पिया रहा, तुसी धारा 370 का इन्ना ज़्यादा किया कि जाके मोदी जी ने चौड़े हो के महाराष्ट्र के हरियाणे के प्रचार किया कि देखो ये लोगों के मुद्दे आ, सूबे के मुद्दे आ, कोई मुद्दा नहीं सीगा। जिन्ने इन्होंने मुद्दे लैके आए जिन्होंने कह रहे थे कि असी नोटबंदी के GST के देश को बहुत करांगे, 5 ट्रिलियन डालर असी इसकी इकोनमी बनानी है, वो कित्थे गया सारा कुछ? वो बिल्कुल एजेंडे ते नहीं हैगा। इक्को ही गल टीवियां ते सुनन नूं लगातार सानू मिलदी है, कित्थे अग लग गई, कित्थे बंद हो गया, कित्थे कित्थे 19 लाख बाहर चले गए, कित्थे पाकिस्तान दे नाल की करना। इस करके जिहड़ी इस किस्म की राजनीति ना उहनूं असी कहिंदे पोलराइजेशन। और लार्जर मैं तुहानूं मैनूं एक जिहड़ी लास्ट गल मैं जरूरी कहनी चाहुंदा हां, इहदा एंड की निकलण वाला, ये जिहड़ी सत्ता इन्हां ने लै ली आ हिंदू राष्ट्र का सपना लैके, हुण इन्हां छड्डणी नहीं,
जे वोटां दे विच इन्हां नूं लगा कि वोटां नाल असीं नहीं आ सकदे ते इह किसे हद तक भी जाके किसे भी तरीके नाल भावें उह पाकिस्तान दे पीओके दे उत्ते कब्जा करके करन भावें जिवें ऐतकी बालाकोट कीता अगली वारी पाकिस्तान दा कहणगे असीं पाकिस्तान आकूपाइड कश्मीर दे उत्ते हमला करके उह ते साडा ही असीं उह लैणा इहो जी कोई भी करतूत एडवेंचरिज़म कर सकदे आ। विजय विजय सवाल यह हैगा कि जिहड़े होर मुद्दे हैगे आ देश दी आर्थिकता दा मुद्दा हैगा जां होर मुद्दे हैगे आ जिहड़े साडे सामणे खड़े हैगे जिहड़े रीयल इशूज़ जिन्हां नूं असीं कहिंदे आ उहनां ते स्टूडेंट प्रोटेस्ट नहीं करदे पे ते इस कानून दे खिलाफ प्रोटेस्ट करदे पे इहदा मतलब की है? नहीं मैनूं लगदा सानूं दुबारे देख लैणा चाहीदा भी स्टूडेंट हर मुद्दे ते प्रोटेस्ट कर रहा इस देश दे विच इस देश दी जिहड़ी ओपोजिशन संसद दे विच बैठी हुई है वह नकारा हो गई है इस करके इस देश दे जिहड़े विद्यार्थी ने जिसनू असी कह सकते हैं भी इस देश दे विच 60% जिहड़े विद्यार्थी ने जिहड़ा नौजवानों का देश जिसनू कहा जाता उन्होंने आपके मोढ़े ते इस ओपोजिशन की जिम्मेदारी ली है। आर्थिकता के मसले के उत्ते दिल्ली दे विच प्रोटेस्ट हुंदे ने ते अज जिहड़ी इह हिंसावां वरत रहीआं ने जिहड़ियां पुलिसां द्वारा कुट्टामारां गोलियां चलाईआं जा रहीआं ने ते जिहड़ा RSS दा एजेंडा असीं देख रहे हां पूरे देश दे विच उह लागू करन दी कोशिश कर रहे हां विद्यार्थी उस दे खिलाफ़ भी ने। मैं कह रहा भी जिहड़े प्याज महंगे होए सी उस दे खिलाफ़ भी दिल्ली दे विच प्रोटेस्ट होए सीगे जदों होर चीज़ां महंगी हुईआं उस दे खिलाफ़ भी दिल्ली दे विच प्रोटेस्ट होए जदों विद्यार्थियों दीआं फीसां वधदीआं ने उस दे उत्ते भी पुलिस उदां ही दमन करदी है ते अज देश दे विच असीं देख रहे हां भी माहौल इह बण गिआ गा ते जिहड़ा इह हिंदू मुसलमान की जिहड़ी राजनीति इह चमकाउण की कोशिश की जा रही है मसला यह है ही नहीं। असीं समझ रहे हां देश दे विच जिहड़ी साडी सरकार चुण के उरे आई है अज उह ना तां किसे नूं कलम देना चाहुंदी है ना किसे नूं कापी देना चाहुंदी है ना किसे नूं रोजी देना चाहुंदी है ना महिलावां दे उत्ते उहनां दा कोई सुरक्षा दे उत्ते कोई कम हैगा गा ते ना ही होर जिहड़े जिहड़े घट गिणती ने उन्हां दी सुरक्षा उत्ते कोई काम हैगा गा सिर्फ इक्को इक काम उन्होंने लै लिया गा देश दे विच हिंसा भड़काओ मारो हिंदू राष्ट्र बनाओ जिवें मर्जी बनाओ ते उह असीं कह रहे हां भी जिहड़ी अज लड़ाई है उह कल्ली इह हिंदू मुस्लिम दी जिहड़ी NRC ते होर CAB दी कल्ली उह नहीं रह गई है उह ते है ही है नाल इह लड़ाई जिहड़ी है राजतंत्र बनाम लोकतंत्र दी लड़ाई है इह संविधान बनाम मनुसमृति दे खिलाफ दी लड़ाई है जिसनूं अज विद्यार्थियों ने सिरे चाढ़ना। सतवीर वालिया जिहड़ी गल इन्होंने किया औरतों की सुरक्षा की गल होनी है 16 दिसंबर निर्भया केस जिस आम आदमी पार्टी उभर के बाहर आती है उसका जिक्र अज कित नहीं हो रहा इस तो पहला जिक्र होया जो उनाव वाला केस आया हैदराबाद का केस आया उनाव वाले मामले के सेंगर दोषी करा दिता गया उसका जिक्र नहीं हो रहा उसका जिक्र आउट है। इन सारे मुद्दों से आम आदमी पार्टी ने एक आपके मैनीफेस्टो एजेंडा लैके आई CCTV लगा उस CCTV ते 16 दिसंबर तुसीं कहा सी असीं भी कुछ अनाउंसमेंट्स करनियां हैगियां तुहाडी अनाउंसमेंट भी किते नहीं दिखदी पई है। देखो CCTV जिहड़े हैगे ऑलरेडी काफ़ी हद तक हरेक विधानसभा खेत्र च भी लग चुके ने महिला सुरक्षा वास्ते मार्शल जिहड़े तकरीबन बसां च जिहड़े अपॉइंट हो चुके ने हुण तुसीं महिला वाईफाई दा जिक्र करना सी 16 दिसंबर नूं ਤੁਸੀਂ ਕਿਹਾ ਸੀਗਾ 100 ਹੌਟਸਪੌਟ ਦਾ ਅਸੀਂ ਜਿਹੜਾ ਪਾਇਲਟ ਪ੍ਰੋਜੈਕਟ ਹੈਗਾ ਉਸ ਤੋਂ ਬਾਅਦ ਅਸੀਂ ਦੱਸਾਂਗੇ ਕਿਵੇਂ ਕਿਵੇਂ ਸਾਰੇ ਕਿਤੇ ਪੂਰਾ ਹੋਣਾ 16 ਦਸੰਬਰ ਤੁਸੀਂ ਤਰੀਕ ਮਿੱਥੀ ਸੀ ਨਹੀਂ ਮੈਂ ਉਹੀ ਕਹਿ ਰਿਹਾ ਨਾ 16 ਦਸੰਬਰ ਜਿਹੜੀ ਤਰੀਕ ਮਿੱਥੀ ਵੀ ਸੀਗੀ ਦੇਖੋ ਇਹ ਮੌਕਾ ਨਹੀਂ ਹੈਗਾ ਅਨਾਊਂਸਮੈਂਟ ਦਾ ਉਹ ਲੱਗ ਰਹੇ ਨੇ ਇਹ ਨਹੀਂ ਕਿ ਲੱਗ ਨਹੀਂ ਰਹੇ ਪਰ ਉਹ ਇਹ ਮੌਕਾ ਅਨਾਊਂਸਮੈਂਟ ਦਾ ਨਹੀਂ ਇਹ ਮੌਕਾ ਹੈ ਆਪਣੇ ਦੇਸ਼ ਨੂੰ ਆਪਣੀ ਸਟੇਟ ਨੂੰ ਸੰਭਾਲਣ ਦਾ ਲੋਕਾਂ ਨੂੰ ਇਹ ਅਪੀਲ ਕਰਨ ਦਾ ਕਿ ਭਾਈ ਆਪਾਂ ਕੋਈ ਪ੍ਰੋਟੈਸਟ ਕਰਨਾ ਪੀਸਫੁਲ ਤਰੀਕੇ ਨਾਲ ਕਰੋ ਕਿਉਂਕਿ ਦਿੱਲੀ ਪੁਲਿਸ ਔਰ ਗ੍ਰਹਿ ਮੰਤਰਾਲਿਆ ਗੁੰਡਾਗਰਦੀ ਦੇ ਉਤਰ ਆਇਆ ਫਿਰ ਆਮ ਆਦਮੀ ਪਾਰਟੀ ਫਿਰ ਆਮ ਆਦਮੀ ਪਾਰਟੀ ਨੂੰ ਜੇ ਲੱਗਦਾ ਕਿ ਪੁਲਿਸ ਹੈ ਜਿਹੜੀ ਉੱਥੇ ਬਿਨਾਂ ਇਜਾਜ਼ਤ ਤੋਂ ਅੰਦਰ ਵੜੀ ਹੈ ਕੈਂਪਸ 'ਤੇ ਅਤੇ ਆਮ ਆਦਮੀ ਪਾਰਟੀ FIR ਦਰਜ ਨਹੀਂ ਕਰਾ ਸਕਦੀ ਨਹੀਂ ਦੇਖੋ ਜਿਹੜਾ FIR ਦਰਜ ਕਰਾਉਣੀ ਹੁੰਦੀ ਉਹ ਜਿਹੜਾ ਰਾਈਟ ਹੈਗਾ ਉਹ ਵਾਈਸ ਚਾਂਸਲਰ ਦਾ ਹੈ ਕਿਉਂਕਿ ਯੂਨੀਵਰਸਿਟੀ ਇਟਸੈਲਫ ਇੱਕ ਇੰਸਟੀਟਿਊਸ਼ਨ ਹੁੰਦਾ ਹੈ ਉਹ ਜਿਹੜਾ ਸਟੇਟ ਤੋਂ ਅਲੱਗ ਹੁੰਦਾ ਹੈ ਤੇ ਉਹ ਇੰਸਟੀਟਿਊਸ਼ਨ ਦੇ VC ਨੂੰ ਹੀ ਉਹਦੀ FIR ਦਰਜ ਕਰਾਉਣੀ ਪਏਗੀ ਉਹੀ ਕੰਪਲੇਂਟ ਕਰਨੀ ਉਹਨਾਂ ਨੇ ਕਿਹਾ ਕਾਨੂੰਨੀ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਮੈਂ ਕੰਪਲੀਟ ਕਰ ਰਿਹਾ ਕਾਨੂੰਨੀ ਪੱਖ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਪਾਰਟੀ ਬਣ ਸਕਦੀ ਸੀ ਜਾਂ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਆਮ ਆਦਮੀ ਪਾਰਟੀ ਨੇ ਆਲਰੇਡੀ CBI ਇਨਕੁਆਇਰੀ ਮੰਗ ਲਈ ਹੈ ਇਸ ਤੇ ਆਮ ਆਦਮੀ ਪਾਰਟੀ ਨੇ ਆਲਰੇਡੀ ਅਮਿਤ ਸ਼ਾਹ ਜੀ ਤੋਂ ਟਾਈਮ ਮੰਗਿਆ ਹੈ ਕਿ ਗ੍ਰਹਿ ਮੰਤਰੀ ਜੀ ਸਾਨੂੰ ਟਾਈਮ ਦੇਣ ਤਾਂ ਕਿ ਸੂਬੇ ਦੀ ਜਿਹੜੀ ਇਹ ਵਿਵਸਥਾ ਜਿਹੜੀ ਵਿਗੜੀ ਹੋਈ ਹੈ ਇਹਨੂੰ ਕਿਵੇਂ ਸੁਧਾਰਿਆ ਜਾਵੇ ਮਹਿਲਾ ਸੁਰੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਵੈਤੀ ਮਹਿਵਾਲ ਜੋ ਜਿਹੜੀ ਉੱਥੇ DCW ਦੀ ਚੇਅਰਮੈਨ ਨੇ ਉਹ ਪਿਛਲੇ 13 ਦਿਨ ਤੇ ਭੁੱਖ ਹੜਤਾਲ ਤੇ ਹੰਗਰ ਸਟ੍ਰਾਈਕ ਤੇ ਬੈਠੇ ਹੈ ਨਿਰਭਿਆ ਕੇਸ ਹੋਵੇ ਚਾਹੇ ਕਿਉਂਕਿ ਨਿਰਭਿਆ ਕੇਸ ਨੂੰ ਵੀ 18 ਤਰੀਕ ਨੂੰ ਫੈਸਲਾ ਆਉਣਾ ਹੈ ਸੈਗਰ ਜਿਹੜਾ ਕੇਸ ਹੈਗਾ ਤੁਹਾਡੇ ਸਾਹਮਣੇ CBI ਜਿਹੜੀ ਰਾਤੋਂ ਰਾਤ CM ਦੇ ਘਰ ਤੇ ਜਾ ਕੇ ਰੇਡ ਕਰ ਦਿੰਦੀ ਹੈ ਡਿਪਟੀ CM ਦੇ ਰੇਡ ਕਰ ਦਿੰਦੀ ਹੈ ਸੈਗਰ ਦੇ ਕੇਸ 'ਚ ਅੱਜ ਕੋਰਟ ਨੇ ਮੰਨਿਆ ਕਿ 1 ਸਾਲ ਤੱਕ ਚਾਰਜਸ਼ੀਟ ਪੇਸ਼ ਨਹੀਂ ਕੀਤੀ ਉਹਨਾਂ ਨੇ
क्योंकि वह सीएम जिहड़ा योगी आदित्यनाथ का चहेता सीगा, प्राइम मिनिस्टर मोदी साहब का चहेता सीगा, तां करके उन्हों हथ नहीं पाया। इदां दा साडी लॉ एंड ऑर्डर सिचुएशन चल रही है, थोड़े सामने हुण आप सबूत मिल गया कि जिहड़ा प्रवक्ता पुलिस का है वह बीजेपी का प्रवक्ता बन के गल कर रहा है। हुण थोड़े सामने क्लीयर हो गया कि विद्यार्थियों की कोई कसूर नहीं होएगा, सिर्फ होम मिनिस्टर साहब के जो ऑर्डर होए ने उन्होंने पुलिस ने पूरिया है, और बीजेपी का प्रवक्ता बन के जो पुलिस गल कर रही है मतलब बीजेपी के गुंडे बन के पुलिस गल कर रही है। पुलिस के पी आर ओ एक गल कहनी लाजमी सी? नहीं नहीं नहीं, बिल्कुल मेरा ख्याल जो जो उन्होंने असली अंदरों जिस तरह उन्होंने कहा या सिखाया या ट्रेनिंग दी गई है भी इस तरीके करना, वो मुँहों निकल गया, वह कहना नहीं सी, मुँह नहीं निकलिया। जे तुसी उन्हों तफसील नाल देखोगे मैनू लगता कि लिखे हुआ पढ़ते पे शायद वो नहीं, जे लिखा भी होगा तो फिर उन्होंने पॉइंटर नोट होगा कुछ तो है, मतलब थले उन्होंने ध्यान गया हाँ, वो तो उत्थे बेहतर दस सकते उत्थे पीसी दे विच मौजूद पता नहीं हुण की गल है कि विजल जिन्ने को समझ आ गई मैनू उन्होंने समझ आया, पर इहदे च एक गल तो साफ जाहर हुंदी है जो सानू लगता है उहदी कोई बाद विच उहदी इह ते नहीं कि स्लिप ऑफ टंग उन्हें कुछ नहीं किया, कोई उहदी अपालोजी नहीं आई, जिहड़ा इस तरीके की भाषा आ एक सरकारी अफसर वालों बड़ा सर शहरेआम देखदा कि बायस हैगा आ कि और वो एक पासड़ा होकर वो जन जो 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 उन्हां दी असली ड्यूटी आ लॉ एंड ऑर्डर की उन्होंने छड के पोलीटिकल जी ड्यूटी आ ज़्यादा लॉयल्टी वफादारी निभा रहे तो वो यो कुछ निकलना, और पुलिस कर दी अक्सर जी स्टेट है रूलिंग स्टेट है जी कोई भी पार्टी हो पुलिस को अपने मोहरे के तौर पर यूज़ करती है, गुंडागर्दी भी यूज़ करती है, गलत कामों भी यूज़ करती है, वो इतने होया और बड़ा शरेआम होया। पर यह क्योंकि दिल्ली से तुम मैं भी गल दस दिया, क्योंकि यह राजधानी सी, क्योंकि यह दिल्ली से, क्योंकि यह मुस्लिम यूनीवर्सिटी सी, इस करके बड़ा ज़्यादा हाईलाइट होया। जे कि होर जगह पर हों जो कि रिमोट एरिए हों तो किसी ने नोट भी नहीं करना, क्योंकि पुलिस का अक्सर यहोजा जो वधीकी आ साढ़े इतने स्टूडेंट के नाल पुलिस ने जाके लाइब्रेरी चो कढ कढ के बच्चों को कुटिया से, जो एक बाहरों किसी ने कुड़ी ने आके इतने भाषण देना सी, इन्नी क गल के उत्ते पत्थरबाजी हो गई, बहुत कुछ होया सी। इस करके जिहड़ी जदों इस तरह के हालात बन रहे आ, पर मैनू एक गल जिहड़ी साफ के पी सिंह जी नज़र आ रही है जिहड़ी इस गल ने जिहड़ी जिहड़ा नवीं गल शुरू साडी समझ विच राजनीतिक तौर पर पाई है कि देश का नौजवान जां देश दी आम लोग हुण बहुती देर दबण वाले नहीं है। ये जे कुछ भी इहो जी इन्होंने होर कोई करतूत की, नंबर वन तो मैनू लगता कि हो सकता है जिहड़ा CAA बनया सिटीजन अमेंडमेंट जिहड़ा एक्ट बन गया इहनू ये जरूर तरमीम करनगे, वापस लैणगे, NRC का जिहड़ा कहिंदे सारे देश लागू करना उसकी वापस लैणगे जां उहनू सस्पेंड करनगे। जे इस तरह जे स्पीड ना हुण लगे होया BJP जे लगे रहे तो इत्थे वड्डा रिवोल्ट होण वाला लोक बर्दाश्त नहीं करन। एक होर छोटा ब्रेक मार रहे हैं, ब्रेक तो बाद वापस आ रहे हैं, ब्रेक तो बाद वापस आवांगे, होर सवाल होणगे आखिरी पहुंच चुके। सवाल एक पूछ रहे विद्यार्थियों जरिए राजनीति दिल्ली चो किहड़ा राह लभ रही है, हाँ सुधीर वालिया की कहना चाह रहे थे? मैं ये कहना चाह रहा था जिवें जामिया यूनिवर्सिटी का नाम लिता जाता है, एक मुस्लिम यूनिवर्सिटी के नाम से रिकोगनाइज किया जाता है, उस कल मुस्लिम नहीं हर धर्म के लोग जो हर धर्म के स्टूडेंट जोड़े है उस पढ़ते हैं, यही कि कल मुस्लिम स्टूडेंट पढ़ते हैं। मैं अच्छे स्टेटमेंट सुन रहा एक बच्ची की रांची की सी लॉ स्टूडेंट सी, और रो रो के दस रही थी कहीं मैं तो अपना समान चकन आई थी जो मैं पता लगे यूनिवर्सिटी का हाल, कहती अज मेरा कॉन्स्टिट्यूशन का पेपर सगा जिहड़ा कैंसल होया, वह संविधान जिहड़े संविधान नूं इन्हां ने सवर्कर नूं पूर्ण पूर्ण वास्ते बाबा साहब अंबेडकर नूं लिख दित्या उह संविधान नूं तोड़िया उन्होंने, उहदा भी अज कॉन्स्टिट्यूशन दा पेपर सीगा जिहड़ा रद्द होया, उह तां हिंदू कुड़ी सीगी वह तो मुस्लिम नहीं सी, घर उन्हें आपके मुँह शब्द बोले उन्हें क्लीयरली गल कही है। इट मीनस प्रोफेसर की गल सही है, साडे देश च हिंदू मुस्लिम सिख ईसाई सारा भाईचारा कट्ठा है, BJP जिन्ना मर्जी जोर लगा ले अपनी पोलराइजेशन करन दी, मैं प्रोफेसर साहब की गल नाल सहमत है, जिदन लोगों के सबर का घड़ा फुटिया उदन BJP शायद अपने 5 साल भी सरकार दे पूरे ना कर सके। पर सुधीर वालिया मैं लगता शायद तुहानू आम आदमी पार्टी नुमाइंदे होने के नाते तुहानू यह अपील उत्थे दिल्ली च भी वार वार करनी चाहिए है कि अफवाहों तो बचना चाहिए तो शांति रखनी चाहिए है। असी ठीक है लोक लहर की जरूरत होंगी है समय समय से, पर सानू इस वेले सावधानी वरतनी चाहिए क्योंकि सारे चाहते हैं कि अग लगे। नहीं देखो इस इंप्लीकेशन बहुत ज्यादा विदेशों में नखेधी हो रही है सुधीर वालिया। देखो मैं उही गल कह रहा आम आदमी पार्टी के चाहे अरविंद केजरीवाल जी ट्वीट कर रहे हैं, संजय सिंह जी बार बार अपनी वीडियोज़ वायरल कर रहे हैं, अज प्रेस कॉन्फ्रेंस भी हुई है, चाहे गोपाल राय जी हैं सारे शांति बनाने की पीसफुल प्रोटेस्ट की अपील कर रहे, मैं भी थोड़े चैनल थ्रू सब यही अपील कर पीसफुल प्रोटेस्ट कर वीडियो ट्वीट करने की सिसोदिया साहब ने जल्दी नहीं करती जो जांच में ना पाया गया सब कुछ फिर नहीं। मैं थोड़े हुणी देख रहा सीगा जो बस की तुम गल कर रहे हो लाइट पॉइंट जिस जिहड़ी बस की वीडियो जिस लाइट पॉइंट से सी जे आपां नूं दुबारा कढ के देखिए उत्थे सेम उही लाइट पॉइंट सीगा
ਉਦਾਂ ਹੀ ਪੋਲ ਸੀਗਾ, ਲਾਈਟ ਲੱਗੀ ਸੀ ਔਰ ਬਸ ਧੂ ਧੂ ਕੇ ਜਲ ਰਹੀ ਸੀਗੀ ਉਹ। ਹੁਣ ਪੁਲਿਸ ਜਦ ਪੁਲਿਸ ਹੀ ਬੀਜੇਪੀ ਦੀ ਪ੍ਰਵਕਤਾ ਬਣ ਕੇ ਬੈਠ ਜਾਏਗੀ, ਸਬੂਤ ਜਿੱਥੋਂ ਮਰਜ਼ੀ ਇਕੱਠੇ ਕਰੀ ਜਾਣ। ਪਰ ਹੁਣੀ ਮੈਂ ਤੁਹਾਡੇ ਇਸ 'ਚ ਕੰਟੀਨਿਊ ਦੇਖ ਰਿਹਾ ਸੀਗਾ, ਇੱਕ ਬੱਸ ਜਲ ਰਹੀ ਸੀਗੀ ਔਰ ਉਸੇ ਲਾਈਟ ਪੁਆਇੰਟ 'ਤੇ ਖੜੀ ਸੀਗੀ, ਉਹੀ ਲਾਈਟ ਪੁਆਇੰਟ ਸੀਗੀ ਅਤੇ ਜਿਹੜੀ ਬੱਸ ਦੇ ਉੱਤੇ ਉਹ ਸਿਸੋਦੀਆ ਸਾਹਿਬ ਨੇ ਟਵੀਟ ਕੀਤਾ। ਵਿਜੇ ਇੱਕ ਆਖਰੀ ਟਿੱਪਣੀ ਮੈਂ ਤੁਹਾਡੇ ਤੋਂ ਚਾਹੁੰਦਾ ਵਿਜੇ, ਸਟੂਡੈਂਟ ਪੋਲੀਟਿਕਸ ਜਿਹੜੀ ਹੁੰਦੀ ਆ, ਸਟੂਡੈਂਟ ਪੋਲੀਟਿਕਸ ਦੇ ਵਿਚਾਲੇ ਕੀ ਜਿਹੜੀ ਮੇਨ ਸਟ੍ਰੀਮ ਜਿਹੜੀ ਪੋਲੀਟਿਕਸ ਹੈ ਕੀ ਆ, ਉਹ ਕੁਛ ਰਾਹਤ ਨਹੀਂ ਲੱਭਦੀ ਪਈ ਤੁਹਾਡੇ ਜ਼ਰੀਏ, ਜਾਂ ਸਟੂਡੈਂਟ ਪੋਲੀਟਿਕਸ ਹੈ ਜਿਹੜੀ ਆਪਣੇ ਆਪ ਵਿੱਚ ਇਸ ਕਾਨੂੰਨ ਦੇ ਖਿਲਾਫ ਖੜੀ ਹੋਈ ਹੈ? ਦੇਖੋ ਪੋਲੀਟਿਕਸ ਪੋਲੀਟਿਕਸ ਹੁੰਦੀ ਆ, ਉਹ ਕਿਸੇ ਵੀ ਖਿੱਤੇ 'ਚ ਹੋਵੇ, ਕਿਸੇ ਵੀ ਅਦਾਰੇ 'ਚ ਹੋਵੇ। ਸਟੂਡੈਂਟ ਪੋਲੀਟਿਕਸ ਅਤੇ ਮੇਨ ਪੋਲੀਟਿਕਸ ਇਹ ਕੋਈ ਵੱਖਰੀ ਚੀਜ਼ ਨਹੀਂ ਆ। ਇਸ ਦੇ ਵਿੱਚ ਇਹੀ ਗੱਲ ਕਿਹਾ ਜਾਂਦਾ ਵੀ ਤੁਸੀਂ ਸਟੂਡੈਂਟ ਹੋ, ਤੁਸੀਂ ਆਪਦੇ ਕਾਲਜ ਦੀ ਪੋਲੀਟਿਕਸ ਕਰੋ, ਵਿਦਿਆਰਥੀ ਪੋਲੀਟਿਕਸ ਕਰੋ, ਤੁਸੀਂ ਦੇਸ਼ ਤੋਂ ਕੀ ਲੈਣਾ। ਪਰ ਅਸੀਂ ਮਤਲਬ ਸਮਝਦੇ ਹਾਂ ਦੇਸ਼ ਦੇ ਨਾਗਰਿਕ ਹਾਂ, ਇਕੱਲੇ ਵਿਦਿਆਰਥੀ ਨਹੀਂ ਹਾਂ ਅਸੀਂ। ਦੇਸ਼ ਦੇ ਵਿੱਚ ਜੋ ਕੁਝ ਵੀ ਘਟੇਗਾ ਉਹ ਮੇਨ ਸਟ੍ਰੀਮ ਪੋਲੀਟਿਕਸ ਦੇ ਜ਼ਰੀਏ ਹੀ ਘਟੇਗਾ। ਅੱਜ ਜੋ ਕੁਛ ਹੋ ਰਿਹਾ ਉਹ ਮੇਨ ਸਟ੍ਰੀਮ ਪੋਲੀਟਿਕਸ ਹੀ ਕਰਵਾ ਰਹੀ ਹੈ ਜੋ ਸੱਤਾ ਦੇ ਵਿੱਚ ਹੈ, ਅਤੇ ਉਸ ਨੂੰ ਵਿਰੋਧ ਕਰਨਾ ਸਾਡਾ ਸੰਵਿਧਾਨਿਕ ਅਧਿਕਾਰ ਵੀ ਹੈ ਅਤੇ ਸਾਡੀ ਜਿਹੜੀ ਰਾਜਨੀਤਿਕ ਜਿਹੜੀ ਵਿਚਾਰਿਕ ਸਮਝ ਹੈ ਸਾਡੀ ਉਹ ਇਹੀ ਹੈ। ਇਸ ਦੇਸ਼ ਦੇ ਵਿੱਚ ਜੋ ਕੁਛ ਕੀਤਾ ਜਾ ਰਿਹਾ ਹਿੰਦੂ ਮੁਸਲਿਮ ਦੇ ਨਾਂ 'ਤੇ, ਜੋ ਕੁਛ ਕੀਤਾ ਜਾ ਰਿਹਾ ਸਾਵਰਕਰ ਦੇ ਨਾਮ ਨੂੰ ਉੱਪਰ ਕਰਨ ਵਾਸਤੇ ਅਤੇ ਅੰਬੇਦਕਰ ਦੀ ਜਿਹੜੀ ਗੱਲ ਹੋਈ ਹੈ ਉਹਨਾਂ ਨੂੰ ਪਿੱਛੇ ਕਰਨ ਵਾਸਤੇ, ਸੰਵਿਧਾਨ ਨੂੰ ਖਤਮ ਕਰਨ ਵਾਸਤੇ, ਉਸ ਦੇ ਲਈ ਲੜਿਆ ਜਾਏਗਾ, ਜ਼ਰੂਰ ਲੜਿਆ ਜਾਣਾ ਚਾਹੀਦਾ। ਸਾਡੇ ਜ਼ਰੀਏ ਕਿਹਨੇ ਕੀ ਕੱਢਣਾ ਇਹ ਤਾਂ ਬਿਲਕੁਲ ਹੁਣ ਸਾਡੇ ਸਾਹਮਣੇ ਹੀ ਆ ਜਾਣਾ, ਪੂਰੇ ਦੇਸ਼ ਦੇ ਸਾਹਮਣੇ ਆ ਜਾਣਾ ਵੀ ਜਦੋਂ ਇਤਿਹਾਸ ਲਿਖਿਆ ਜਾਏਗਾ JNU ਅਤੇ ਜਾਮੀਆ ਦਾ ਨਾਂ ਸੁਰਖੀਆਂ ਦੇ ਵਿੱਚ ਹੋਏਗਾ ਅਤੇ ਸਭ ਤੋਂ ਉੱਪਰਲੀਆਂ ਕਤਾਰਾਂ ਦੇ ਵਿੱਚ ਹੋਏਗਾ। ਹੋ ਸਕਦਾ ਇਹ ਵਿਦਿਆਰਥੀ ਹੀ ਸਭ ਤੋਂ ਉੱਪਰ ਹੋਣਗੇ ਜਿਹਨੇ ਸੱਤਾ ਨੂੰ ਚੈਲੰਜ ਕੀਤਾ ਹੋਏਗਾ, ਇਸ ਦੇਸ਼ ਦੀ ਸੱਤਾ ਨੂੰ ਚੈਲੰਜ ਕਰਕੇ ਉਹਨਾਂ ਨੂੰ ਭਜਾਇਆ ਹੋਏਗਾ। ਜਿਹੜਾ ਯੂਥ ਹੈਗਾ ਉਹਨਾਂ ਨੂੰ ਹੋਪ ਹੈਗੀ ਆ ਸਿਆਸਤ ਦੇ ਵਿੱਚ ਆ ਕੇ ਕੁਝ ਕੀਤਾ ਜਾ ਸਕਦਾ ਦੇਸ਼ ਦੇ ਲਈ, ਪੂਰਾ ਹੀ ਹੋਪ ਹੈਗੀ। ਅਸੀਂ ਅੱਜ ਦੇਖ ਰਹੇ ਹਾਂ ਘਨੱਈਆ ਇੱਕ ਹੋਪ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਸਾਡੇ, ਜਿਹੜੇ ਹੋਰ ਰਾਜੂ ਯਾਦਵ ਜਿਹੜੇ ਲੜਦੇ ਨੇ ਬਿਹਾਰ ਦੇ ਵਿੱਚ ਭੋਜਪੁਰ ਦੇ ਵਿੱਚ ਇਲੈਕਸ਼ਨ, ਉਹ ਹੋਪ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ। ਹੋਰ ਜਿਹੜੇ ਨਵੇਂ ਵਿਦਿਆਰਥੀ ਆ ਰਹੇ ਨੇ ਅਤੇ ਲੜ ਰਹੇ ਨੇ, ਅਸੀਂ ਕਹਿੰਦੇ ਵੀ ਉੱਥੇ ਸੰਸਦ ਦੇ ਵਿੱਚ ਪਹੁੰਚ ਜਾਣਾ ਹੀ ਉਸ ਹੋਪ ਨੂੰ ਪੂਰਾ ਨਹੀਂ ਕਰ ਦਿੰਦਾ। ਅਸੀਂ ਕਹਿੰਦੇ ਵੀ ਸੜਕਾਂ ਦੇ ਉੱਤੇ ਆਉਣਾ ਅਤੇ ਆਪਣਾ ਜਿਹੜਾ ਸੰਵਿਧਾਨ ਹੈ ਉਸਨੂੰ ਬਚਾਉਣਾ, ਆਪਣੇ ਜਿਹੜੇ ਨਾਗਰਿਕਤਾ ਦੇ ਅਧਿਕਾਰ ਨੇ ਉਹਨਾਂ ਨੂੰ ਬਚਾਉਣਾ, ਇਹ ਵੀ ਸਭ ਤੋਂ ਵੱਡਾ ਇੱਕ ਹੋਪ ਹੁੰਦਾ ਗਾ। ਕਿਉਂਕਿ ਜਿਹੜਾ ਹੋਪ ਸਾਡਾ ਸਰਕਾਰਾਂ ਤੋਂ ਸੀ, ਜਿਹੜੀਆਂ ਸੰਸਦਾਂ ਤੋਂ ਸੀ, ਅੱਜ ਉਹਨਾਂ ਨੇ ਸਾਡੇ ਨਾਲ ਕੀ ਕੀਤਾ, ਅੱਜ ਸਾਡੇ ਸਾਰਿਆਂ ਦੇ ਸਾਹਮਣੇ ਆ। ਅੱਜ ਲੜਾਈ ਸੜਕਾਂ 'ਤੇ ਲੜੀ ਜਾ ਰਹੀ ਆ। ਅਸੀਂ ਕਹਿ ਰਹੇ ਜਦੋਂ ਸੰਸਦ ਬਾਗੀ ਹੋ ਜੇ ਤਾਂ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਦੇਸ਼ ਦੇ ਉਸਦੇ ਲੋਕ ਨੇ ਉਹਨਾਂ ਨੂੰ ਖਲੋ ਜਾਣਾ ਚਾਹੀਦਾ, ਬਿਲਕੁਲ ਸੜਕਾਂ ਜਾਮ ਕਰ ਦੇਣੀਆਂ ਚਾਹੀਦੀਆਂ ਨੇ, ਬੰਦ ਕਰ ਦੇਣੀਆਂ ਚਾਹੀਦੀਆਂ ਨੇ। ਮੈਨੂੰ ਤਾਂ ਇਹੀ ਲੱਗਦਾ ਗਾ ਕਿਉਂਕਿ ਸੰਸਦ ਨੇ ਇਹੀ ਕੀਤਾ। ਮੈਂ ਨਿੱਕੀ ਜਿਹੀ ਗੱਲ ਕਹੂੰਗਾ, ਤੁਸੀਂ ਮਤਲਬ ਸਿੱਧੇ ਤੌਰ 'ਤੇ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਹੈ, ਸੇ ਕਾਂਗਰਸ ਜਾਂ ਇਹੋ ਜਿਹੀਆਂ ਵੱਡੀਆਂ ਪਾਰਟੀਆਂ, ਕਿ ਇਹਨਾਂ ਦੀ ਅਨਰੈਸਟ ਨੂੰ ਜਾਂ ਇਹਨਾਂ ਦੀ ਤੁਸੀਂ ਕਹਿ ਲਓ ਐਜੀਟੇਸ਼ਨ ਨੂੰ ਆਪਣੇ ਮਫਾਦਾਂ ਲਈ ਤਾਂ ਨਹੀਂ ਵਰਤ ਰਹੇ? ਇਹ ਤੁਹਾਡਾ ਇਹ ਸਵਾਲ ਆ। ਮੇਰਾ ਖਿਆਲ ਹੈ ਕਿ ਦੇਖੋ ਜਿਨ੍ਹਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਲੜਦੀਆਂ ਉਹ ਇਹੋ ਜਿਹੀ ਜਿਹੜੀ ਪਬਲਿਕ ਓਪੀਨੀਅਨ ਜਨਰੇਟ ਹੁੰਦੀ ਆ ਉਹ ਇੱਕ ਅਲੱਗ ਇਸ਼ੂ ਹੈਗਾ, ਉਹ ਵਰਤਣ ਨੂੰ ਵਰਤਦੇ ਆ ਵਰਤਣ, ਕਿਉਂਕਿ ਇਹਨਾਂ ਨੇ ਤਾਂ ਖੁਦ ਪਾਰਲੀਮੈਂਟ ਦੀਆਂ ਚੋਣਾਂ ਲੜਨੀਆਂ ਨਹੀਂ ਬੱਚਿਆਂ ਨੇ। ਪਰ ਮੈਂ ਅੱਜ ਇੱਕ ਤੁਹਾਨੂੰ ਇੱਕ ਚੰਗਾ ਜਾਣੀ ਬੜਾ ਆਪਟੀਮਿਸਟਿਕ ਨੋਟ ਦੇਣਾ ਚਾਹੁੰਦਾ ਹਾਂ। ਮੈਂ ਉੱਥੇ ਬੱਚਿਆਂ ਦੀਆਂ ਲੈਕਚਰ ਸੁਣੇ ਜਿਹੜੇ ਉੱਥੇ ਬੋਲ ਰਹੇ ਸੀ, ਜਿਨ੍ਹਾਂ ਨੂੰ ਮੈਂ ਕਈਆਂ ਸਾਲਾਂ ਤੋਂ ਜਾਣਦਾ ਸੀਗਾ। ਮੈਂ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੀ ਜਿਹੜੀ ਸਿਸਟਮ ਬਾਰੇ ਸਮਝ ਅਤੇ ਪੋਲੀਟਿਕਸ ਬਾਰੇ ਸਮਝ, ਅਤੇ ਜਿਸ ਕਲੈਰਿਟੀ ਦੇ ਨਾਲ, ਜਿਸ ਜੋਸ਼ ਦੇ ਨਾਲ, ਜਿਸ ਕਮਿਟਮੈਂਟ ਨਾਲ ਉੱਥੇ ਉਹਨਾਂ ਨੇ ਭਾਸ਼ਣ ਦਿੱਤੇ, ਮੈਨੂੰ ਦੁਬਾਰਾ ਉਹ ਅਰਲੀ 70s ਵਾਲਾ ਅਤੇ ਲੇਟ 60s ਵਾਲਾ, ਜਿਸ ਤਰ੍ਹਾਂ ਫਰਾਂਸ ਦੇ ਵਿੱਚ ਸਟੂਡੈਂਟ ਮੂਵਮੈਂਟ ਉੱਠੀ ਸੀ, ਹੋਰ ਯੂਥ ਉੱਠਿਆ ਸੀ, ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚੋਂ ਪਹਿਲੀ ਵਾਰੀ ਫਰਾਂਸ ਨਾਲੋਂ ਪਹਿਲਾਂ ਅੱਜ ਭਾਰਤ ਦੇ ਵਿੱਚ ਇਹ ਯੂਥ ਅਤੇ ਪੜ੍ਹਿਆ ਲਿਖਿਆ ਯੂਥ ਯੂਨੀਵਰਸਿਟੀਆਂ 'ਚੋਂ ਉੱਠੂਗਾ ਔਰ ਇਹ ਸਮੁੱਚੇ ਦੁਨੀਆ ਦੇ ਵਿੱਚ ਇਹ ਮੈਸੇਜ ਹੌਲੀ ਹੌਲੀ ਜਾਊਗਾ। ਕਿਉਂਕਿ ਜੋ ਡੈਮੋਕ੍ਰੇਸੀ ਦਾ ਘਨਾਉਣਾ ਚਿਹਰਾ, ਰਾਈਟਿਸਟ ਟਾਈਪ ਆਫ ਜਿਹੜੀਆਂ ਇਹ ਵੰਡਾਂ ਪਾਉਣ ਵਾਲਾ, ਭਾਵੇਂ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਇਹ ਚੱਲਿਆ ਹੋਇਆ, ਉਹਦਾ ਜਿਹੜਾ ਬਦਲਾਓ ਇਹ ਸਾਡੇ ਸਟੂਡੈਂਟ ਜਿਹੜੇ ਆ ਦੁਨੀਆ ਨੂੰ ਦਿਖਾਲਣ ਵਾਲੇ ਆ। ਹਾਂਜੀ ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਜਿਵੇਂ ਪ੍ਰਧਾਨ ਮੰਤਰੀ ਜੀ, ਮੈਂ ਹੁਣੇ ਤੁਹਾਡਾ ਪੜ੍ਹ ਰਿਹਾ ਸੀਗਾ ਇਸ 'ਤੇ, ਔਰ ਜਿਵੇਂ ਦਿੱਲੀ ਪੁਲਿਸ ਉਹਦੇ ਜਿਹੜੇ ਪ੍ਰਵਕਤਾ ਨੇ ਕਿਹਾ CAA ਜਿਹੜਾ ਹੈਗਾ ਇਹ ਪਬਲਿਕ ਵਾਸਤੇ ਬੈਨੀਫਿਸ਼ੀਅਲ ਹੈਗਾ, ਮੈਂ ਉਸ 'ਤੇ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਜ਼ਰੂਰ ਤੁਹਾਡੇ ਦਰਸ਼ਕਾਂ ਨੂੰ ਦੇਣਾ ਚਾਹਾਂਗਾ। ਆਪਾਂ ਇਹਨੂੰ ਆਪਣਾ NRC ਔਰ CAA ਨੂੰ ਜੋੜ ਕੇ ਚੱਲੀਏ। ਹੁਣ ਅਸਾਮ 'ਚ 19 ਲੱਖ ਜਿਹੜੇ ਲੋਕ ਨੇ NRC 'ਚੋਂ ਬਾਹਰ ਹੋ ਗਏ ਨੇ, ਜਿਸ 'ਚੋਂ 4 ਲੱਖ ਮੁਸਲਿਮ ਨੇ, 4 ਲੱਖ ਮੁਸਲਿਮ ਨੇ ਹੁਣ CAA 'ਚ ਅੰਦਰ ਆਉਣ ਦੀ ਪ੍ਰੋਵੀਜ਼ਨ ਨਹੀਂ ਹੈਗੀ, ਇਹਦਾ ਮਤਲਬ ਉਹ ਸੈਕਿੰਡ ਸਿਟੀਜ਼ਨ ਹੋ ਗਏ। ਉਹੀ ਹਾਲਾਤ ਪੂਰੇ ਦੇਸ਼ 'ਚ ਹੋਣੇ ਆ, ਇਕੱਲਾ ਮੁਸਲਿਮ 'ਤੇ ਅਟੈਕ ਨਹੀਂ ਹੋਏਗਾ, BJP ਹਮੇਸ਼ਾ ਮਨਿਓਰਟੀ ਦੇ ਖਿਲਾਫ਼ ਰਹੂ, ਕੱਲ੍ਹ ਨੂੰ ਸਿੱਖਾਂ ਤੱਕ ਵੀ ਆਏਗਾ, ਇਸਾਈਆਂ ਤੱਕ ਵੀ ਆਏਗਾ। ਇਸ ਕਰਕੇ ਮੈਂ ਉਹੀ ਕਹਿੰਦਾ ਕਿ NRC CAA ਜਿਹੜਾ ਲੈ ਕੇ ਆਉਂਦਾ ਹੈਗਾ ਬਿਲਕੁਲ ਇਹ ਨਿੰਦਣਯੋਗ ਹੈ, ਬਿਲਕੁਲ ਅਨਡੈਮੋਕ੍ਰੇਟਿਕ ਹੈਗਾ, ਅਨਕੋਨਸਟੀਟਿਊਸ਼ਨਲ ਹੈਗਾ, ਇਹਨਾਂ ਨੂੰ ਹਰ ਹਾਲਾਤ 'ਚ ਭੰਗ ਹੋਣਾ ਚਾਹੀਦਾ। ਚਲੋ ਬਹੁਤ ਧੰਨਵਾਦ।
ਅਸੀਂ ਸਵਾਲ ਇੱਕੋ ਪੁੱਛਿਆ ਸੀ ਜਾਮੀਆ ਹਿੰਸਾ ਪਿੱਛੇ ਟਾਰਗੇਟ ਕੀ ਹੈਗਾ, ਉਹ ਟਾਰਗੇਟ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈਗਾ, ਪਰ ਜੇ ਤਸ਼ੱਦਦ ਕੀਤਾ ਜਾ ਰਿਹਾ ਹੈਗਾ ਤਾਂ ਉਸ ਤਸ਼ੱਦਦ ਦੀ ਨਿਖੇਧੀ ਵੀ ਕਰਨੀ ਪੈਂਦੀ ਹੈਗੀ ਹੈ, ਉਸ 'ਤੇ ਸਿਆਸਤ ਨਹੀਂ ਉਸ ਦਾ ਰਾਹ ਲੱਭਣਾ ਚਾਹੀਦਾ ਹੈਗਾ। ਤਸ਼ੱਦਦ ਕੀਤਾ ਕਿਉਂ ਗਿਆ ਹੈਗਾ, ਜਿਹੜੀ ਜਾਂਚ ਦੀ ਮੰਗ ਕੀਤੀ ਜਾ ਰਹੀ, ਜਿਹੜੀ ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਹੈਗੀ ਆ, ਉਸ ਜਾਂਚ ਵਿੱਚੋਂ ਨਿਕਲੇਗਾ ਕੀ। ਸਵਾਲ ਇਹ ਬੜਾ ਮਹੱਤਵਪੂਰਨ ਹੈਗਾ ਕਿ ਉਸ ਜਾਂਚ ਦੇ ਵਿੱਚ ਪੁਲਿਸ ਇਹ ਮੰਨ ਲਵੇ ਕਿ ਉਹ ਜਾਣਬੁੱਝ ਕੇ ਉਹਨਾਂ ਨੇ ਉੱਥੇ ਕੈਂਪਸ ਵਿੱਚ ਐਂਟਰ ਕੀਤਾ, ਕਿ ਗ੍ਰਹਿ ਮੰਤਰਾਲੇ ਦੀ ਜਾਂਚ ਦੇ ਵਿੱਚ ਜਾਂ ਕਿਸੇ ਹੋਰ ਏਜੰਸੀ ਦੀ ਜਾਂਚ ਦੇ ਵਿੱਚ ਇਹ ਤੈਅ ਹੋ ਸਕੇਗਾ ਕਿ ਪੁਲਿਸ ਨੇ ਗਲਤੀ ਕੀਤੀ, ਜਾਂ ਇਹ ਤੈਅ ਹੋ ਸਕੇਗਾ ਕਿ ਵਿਦਿਆਰਥੀ ਆ ਜਿਹੜੇ ਉਹ ਸਾਰੇ ਗਲਤ ਸੀਗੇ, ਜਾਂ ਵਿਦਿਆਰਥੀਆਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਆਏ ਸੀ ਕਿ ਉਹ ਕਦੇ ਫੜੇ ਜਾ ਸਕਣਗੇ। ਬਹੁਤ ਸਾਰੇ ਇਹੋ ਜਿਹੇ ਸਵਾਲ ਲੈ ਕੇ ਆ, ਜੇ ਫੜੇ ਵੀ ਕੇ ਜੇ ਜਾਂਚ ਵਿੱਚ ਪੁਲਿਸ ਵੀ ਦੋਸ਼ੀ ਪਾਏਗੀ, ਜਾਂ ਵਿਦਿਆਰਥੀ ਕੁਝ ਜਾਂ ਉਹਨਾਂ ਵਿੱਚ ਸ਼ਰਾਰਤੀ ਅੰਸਰ ਹੈ ਉਹ ਦੋਸ਼ੀ ਪਾਏ ਕੇ, ਪਰ ਉਸ ਸਭ ਦਾ ਰਾਹ ਕਿੱਧਰ ਨੂੰ ਜਾਂਦਾ ਹੈਗਾ ਕਿ ਵੋਟ ਬੈਂਕ ਦੀ ਪੋਲਿਟਿਕਸ ਨਾਲ ਸਭ ਕੁਝ ਜੁੜਿਆ ਹੋਇਆ, ਜਾਂ ਇੱਥੋਂ ਲੈ ਕੇ ਸਾਨੂੰ ਅੱਗੇ ਤੱਕ ਵੀ ਸੋਚਣਾ ਚਾਹੀਦਾ ਕਿ ਜਾਮੀਆ ਤੋਂ ਜਿਹੜਾ ਸੁਨੇਹਾ ਤੁਰੇਗਾ ਜਾਂ ਦਿੱਲੀ ਤੋਂ ਜਿਹੜਾ ਸੁਨੇਹਾ ਤੁਰੇਗਾ ਪੂਰੇ ਦੇਸ਼ ਵਿੱਚ ਉਸ ਦਾ ਅਸਰ ਹੋਵੇਗਾ। ਜੇ ਇਹ ਸਵਾਲ ਇੱਥੇ ਆ ਕੇ ਇਸ ਡਿਬੇਟ ਦੇ ਵਿੱਚ ਇਸ ਸਵਾਲ 'ਤੇ ਅੰਤ ਹੋ ਰਿਹਾ ਤਾਂ ਫਿਰ ਸਾਨੂੰ ਸਿਰ ਜੋੜਨਾ ਪਵੇਗਾ। ਜੇ ਪੂਰੇ ਦੇਸ਼ ਵਿੱਚ ਇਹ ਸੁਨੇਹਾ ਜਾ ਰਿਹਾ, ਇਹਦਾ ਮਤਲਬ ਹਿੰਦੂ ਮੁਸਲਿਮ ਕੋਈ ਤਾਂ ਕਰਾਉਣਾ ਚਾਹੁੰਦਾ ਹੈਗਾ। ਜੇ ਹਿੰਦੂ ਮੁਸਲਿਮ ਕੋਈ ਕਰਾਉਣਾ ਚਾਹ ਰਿਹਾ ਹੈਗਾ ਤਾਂ ਤੁਹਾਡੇ ਤੋਂ ਅਸਲੀ ਮੁੱਦੇ ਖੋਏ ਜਾ ਰਹੇ ਆ। ਹਿੰਦੂ ਮੁਸਲਿਮ ਤੋਂ ਬਾਅਦ ਹਿੰਦੂ ਸਿੱਖ ਵੀ ਹੋ ਸਕਦਾ ਹੈ, ਅਤੇ ਹਿੰਦੂ ਈਸਾਈ ਵੀ ਹੋ ਸਕਦਾ ਹੈ, ਅਤੇ ਸਿੱਖ ਮੁਸਲਮਾਨ ਵੀ ਹੋ ਸਕਦਾ ਹੈ, ਸਿੱਖ ਈਸਾਈ ਵੀ ਹੋ ਸਕਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਕਿ ਸਿਰਫ ਸਿਆਸੀ ਤਾਕਤਾਂ ਹੀ ਚਾਹੁੰਦੀਆਂ ਇਹ ਸਭ ਕੁਝ ਹੋਵੇ, ਜਿਹੜੇ ਇੱਥੇ ਬੈਠੇ ਬਛਿੰਦੇ ਹੈਗੇ ਆ ਉਹਨਾਂ ਵਿੱਚ ਆਪਸ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈਗੀ ਹੈ ਉਹ ਤਾਂ ਨਹੀਂ ਚਾਹੁੰਦੀ ਹੈਗੀ। ਜੇ ਉਹ ਚਾਹੁਣ ਲੱਗ ਪਈ ਫਿਰ ਬਹੁਤ ਖਤਰਨਾਕ ਹੈਗਾ, ਪਰ ਮੈਨੂੰ ਉਮੀਦ ਨਹੀਂ ਹੈਗੀ ਉਹ ਚਾਹੁੰਦੀ ਹੈ, ਇਹ ਸਿਆਸੀ ਤਾਕਤਾਂ ਹੀ ਚਾਹੁੰਦੀਆਂ ਹੈਗੀਆਂ। ਅਸੀਂ ਤਾਂ ਸਾਰੇ ਇਕੱਠੇ ਹਾਂ। ਬਹੁਤ ਧੰਨਵਾਦ।